Thank you.
ਰੱਖੋ ਰੱਖ ਨਿਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰੱਖੋ ਰੱਖ ਨਿਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਕਰਕੇ ਬੋਲੇ ਜੀ
करके गोले जी करके गोले नानक करके गोले नानक करके गोले जी शरण तुम्हारी आशा तुम ही सजन सुहेले राखो राखन हार दयाला नानक करके गोले राखो राखन हार दयाला नानक करके गोले जी राखन हार दयाला करके गोले जी ਬੰਦੇ ਸਨਮੁਖ ਕਰੋ ਪੂਰਾ ਪੂਰਾ ਧਿਆਨ ਪੂਰੀ ਸਮਝਾਵੇ ਮਾਨੁਖ ਸਰੀਰ ਦੀ ਇੱਛਾ ਮਾਨੁਖ ਸਰੀਰ ਦੀ ਚਾਹਨਾ
ਇੱਕ ਘੱਟ 84 ਲੱਖ ਜੀ ਹੈ ਜੋ ਨਹੀਂ ਬਲਕਿ 33 ਕਰੋੜ ਦੇਵਤਾ ਵੀ ਕਰ ਰਿਹਾ ਹੈ। ਉਹਨਾਂ ਨੂੰ ਵੀ ਇਹ ਮਾਨੁਖ ਸਰੀਰ ਦੁਰਲੱਭ ਹੈ, ਇਸ ਦਾ ਪਰਮ ਪ੍ਰਯੋਜਨ ਭਈ ਪ੍ਰਾਪਤ ਮਾਨੁਖ ਦੇ ਵਰੀਆ ਗੋਬਿੰਦ ਮੇਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮੇਰਾ ਸਾਧ ਸੰਗਤ ਭਜ ਕੇਵਲ ਨਾਮ ਪ੍ਰਭੂ ਪ੍ਰਾਪਤੀ ਹੈ। ਇਸ ਦੇ ਅਨੇਕਾਂ ਉਪਾਅ ਹਨ, ਅਨੇਕਾਂ ਮਤ ਮਤੰਤਰ ਹਨ, ਅਨੇਕਾਂ ਕਸ਼ਟਦਾਇਕ ਸਾਧਨ ਹਨ ਜਿਨ੍ਹਾਂ ਦੁਆਰਾ ਸਰੀਰ ਨੂੰ ਬੇਅੰਤ ਖੇਦ ਤਕਲੀਫ ਜਾਂ ਕਸ਼ਟ ਹੁੰਦਾ, ਪਰ ਗੁਰੂ ਬਾਬਾ ਜੀ ਇਸ ਸਮੇਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਤੋਂ 500 ਸਾਲ ਪਹਿਲੇ ਇਹੀ ਦੱਸਣ ਵਾਸਤੇ ਅਵਤਾਰ ਹੋਇਆ। ਜਿਹੇ ਜਿਹੇ ਸਰੀਰਾਂ ਦੀਆਂ ਉਮਰਾਂ ਇਸ ਸਮੇਂ ਦੀਆਂ, ਜਿਹੇ ਜਿਹੇ ਤਕੜੇ ਯਾਨੀ ਜਿਤਨੀ ਤਾਕਤ ਵਾਲੇ ਸਰੀਰ, ਜਿਤਨੇ ਤਾਕਤ ਰੱਖਣ ਵਾਲੇ ਦਿਲ ਦਿਮਾਗ ਹਨ, ਉਹ ਜਿਹੇ ਸਾਧਨਾਂ ਦੀ ਲੋੜ ਹੋਇਆ ਕਰਦੀ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕ ਤਕੜੇ ਨਰੋਏ ਉਮਰਾਂ ਲੰਮੀਆਂ ਬੜੀਆਂ ਬੜੀਆਂ ਕਠਿਨ ਤਪੱਸਿਆਵਾਂ ਕਰਦੇ, ਉਹਨਾਂ ਦੀ ਚਾਲ ਚੱਲ ਲੈਂਦੇ, ਔਰ ਪ੍ਰਾਣਾਯਾਮ ਸਾਧਨ, ਪ੍ਰਾਣਾਂ ਨੂੰ ਰੋਕਣਾ, ਰੇਚਕ ਪੂਰਕ ਕੁੰਭਕ ਦੁਆਰਾ ਪ੍ਰਾਣਾਂ ਨੂੰ ਰੋਕ ਕੇ, ਮਨ ਨੂੰ ਰੋਕ ਕੇ ਗੁਰੂ ਪ੍ਰਾਪਤੀ ਦਾ ਉਪਰਾਲਾ ਕਰਨਾ। ਪਰ ਇਸ ਸਮੇਂ ਦੇ ਵਿੱਚ, ਇਸ ਸਮੇਂ ਦੇ ਲੋਕ ਨੇ ਜਿਸਮਾਨੀ ਹਾਲਤਾਂ, ਦਿਲੀ ਦਿਮਾਗੀ ਹਾਲਤਾਂ ਨੂੰ ਦੇਖਿਆ ਜਾਵੇ, ਇਹ ਦੋਵੇਂ ਸਾਧਨ ਕਰਨ ਦੇ ਯੋਗ ਨਹੀਂ ਹਨ। ਉਮਰਾਂ ਬਹੁਤ ਛੋਟੀਆਂ, ਉਹਨੀਆਂ ਇੰਨੀਆਂ ਖੁਰਾਕਾਂ ਨਹੀਂ ਰਹਿ ਗਈਆਂ, ਉਹ ਜੇ ਆਚਾਰ ਵਿਵਹਾਰ ਆਹਾਰ ਨਹੀਂ ਰਹਿ ਗਏ, ਜਿਸ ਕਰਕੇ ਬਹੁਤ ਫਰਕ ਪੈ ਗਿਆ। ਗੁਰੂ ਜੀ ਨੇ ਤਦੇ ਹੀ ਗੁਰਸਿੱਖੀ ਭਗਤੀ ਮਾਰਗ ਚਲਾਇਆ, ਜਿਸ ਦੇ ਸੌਖੇ ਮੁੱਖ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਦੱਸ। ਸੋ ਆਪ ਜੀ ਨੇ ਤਪੱਸਿਆ ਦੀ ਬਜਾਏ ਗੁਰੂ ਸੰਗਤ ਦੀ ਸੇਵਾ ਰੱਖ ਦਿੱਤੀ, ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਦੀ ਥਿਓਰੀ, ਸਿਮਰਨ ਦੀਆਂ ਜੁਗਤੀਆਂ ਉਕਤੀਆਂ ਰੱਖੀਆਂ। ਬਾਣੀ ਦੇ ਵਿੱਚ ਮਨ ਦੀ ਇਕਾਗਰਤਾ, ਕੀਰਤਨ ਵਿੱਚ ਮਨ ਦੀ ਇਕਾਗਰਤਾ, ਔਰ ਸਿਮਰਨ ਦੁਆਰਾ ਮਨ ਦੀ ਇਕਾਗਰਤਾ। ਸੋ ਇਉਂ ਇਸ ਉਪਾਅ ਨੂੰ ਜਿਹਨਾਂ ਜਿਹਨਾਂ ਕੀਤਾ, ਉਹਨਾਂ ਨੇ ਆਪਣਾ ਮਾਨੁਖਤਨ ਸਫਲ ਕਰ ਲਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੱਤਾਂ ਦੀ ਤਨਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਕਰਤਾਰਪੁਰਾ ਨਿਵਾਸ ਰੱਖਦੇ ਹਨ, ਆਪ ਜੀ ਦੀ ਸੇਵਾ ਦੇ ਵਿੱਚ ਚੱਲਣਾ ਜੀ ਹਾਜ਼ਰ ਹੋਏ, ਜਿਹੜੇ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ। ਆਪ ਜੀ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਨਿਭਾਈਆਂ, ਜਿਸ ਦਾ ਫਲ ਪ੍ਰਭੂ ਪ੍ਰਾਪਤੀ ਨਹੀਂ ਬਲਕਿ ਗੁਰੂ ਨਾਨਕ ਅੰਤਰਯਾਮੀ ਦੇ ਵਿੱਚ ਅਫੇਦ ਹੋ ਕੇ ਜਗਤ ਦੇ ਤਾਰਕ ਬਣੇ, ਦੂਸਰੇ ਗੁਰੂ ਨਾਨਕ ਕਹਿਲਾਏ, ਬਿਆਨ ਦੁਨੀਆਂ ਦਾ ਉਧਾਰ ਕੀਤਾ। ਯਾਨੀ ਸੇਵਾ ਔਰ ਭਜਨ ਦੋ ਗੱਲਾਂ ਗੁਰੂ ਬਾਬੇ ਨੇ ਜਨਮ ਦੀ ਸਫਲਤਾ ਦਾ ਸੌਖਾ ਉਪਾਅ ਸਾਨੂੰ ਦੱਸਿਆ। ਨਾਮ ਜਪੀਏ ਤੰਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤੰਦੂਰ ਹੁੰਦੇ ਸੇਵਾ ਕਰਕੇ ਮਾਣ ਪਾਈਂਦਾ। ਮਾਣ ਪਾਈਂਦਾ।
ਸਾਧਨ ਪ੍ਰਭੂ ਪ੍ਰਾਪਤੀ ਦੇ ਦੱਸੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ ਮੰਨੇ। ਗੁਰੂ ਅਤੇ ਪਰਮੇਸ਼ੁਰ ਅਭੇਦ ਹਨ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰ ਪਰਮੇਸ਼ੁਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਮਾਣ। ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ। ਪਰਮੇਸ਼ੁਰ ਵੈਸੇ ਨਿਰਾਕਾਰ ਸਰੂਪ ਹੈ। ਪਰਮੇਸ਼ੁਰ ਦਾ ਸਰੂਪ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਅਤੇ ਪ੍ਰਵਤਿਨ ਕਿਸੇ ਬੁਝਾਏ, ਨਾਨਕ ਹੋਵੇ ਸੋ ਪ੍ਰਸੰਨ। ਅਤਿਅੰਤ ਸੂਖਮ, ਜਿੱਥੇ ਮਨ ਬਾਣੀ ਨਹੀਂ ਪਹੁੰਚ ਸਕਦੇ, ਉਹ ਵਾਹਿਗੁਰੂ ਦਾ ਸਰੂਪ ਹੈ। ਉੱਥੇ ਪਹੁੰਚਣ ਵਾਸਤੇ ਬੁੱਧ ਨੂੰ ਇਹੋ ਜਿਹੀ ਬਰੀਕ ਕਰਨਾ ਪੈਂਦਾ। ਗੁਰੂ ਉਸਦੇ ਵਿੱਚ ਅਭੇਦ ਹੈ, ਪਰਮੇਸ਼ੁਰ ਵਿੱਚ ਲਿਵਲੀਨ ਹੈ। ਇਸ ਕਰਕੇ ਗੁਰੂ ਅਤੇ ਗੋਬਿੰਦ ਵਿੱਚ ਫਰਕ ਕੋਈ ਨਹੀਂ ਹੋਇਆ ਕਰਦਾ। ਐਂ ਕਹਿ ਲਓ, ਗੁਰੂ ਪਰਮੇਸ਼ੁਰ ਦਾ ਸਾਕਾਰ ਸਰੂਪ ਹੈ, ਪਰਮੇਸ਼ੁਰ ਗੁਰੂ ਦਾ ਨਿਰਾਕਾਰ ਸਰੂਪ ਹੋਇਆ ਕਰਦਾ। ਸਹੀਓ ਇੱਕ ਦਫ਼ਾ ਤਪਿਆਣੇ ਸਾਹਿਬ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ, ਜਦ ਕਿ ਬਹੁਤ ਸਾਰੇ ਵਕਤ ਦੇ ਮੁਖੀ ਮੁਖੀ ਸਿੱਖ, ਭਾਈ ਬੁੱਢਾ ਬਾਲਾ ਔਰ ਬਹੁਤ ਸਾਰੇ ਬ੍ਰਹਮਗਿਆਨੀ ਸਿੱਖ ਬੈਠੇ ਹੋਏ ਹਨ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਇੱਕ ਸਵਾਲ ਕੀਤਾ। ਭਾਈ ਬਾਲਾ, ਤੂੰ ਗੁਰੂ ਨਾਨਕ ਜੀ ਨਾਲ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ, ਜਿੱਥੇ ਜਿੱਥੇ ਗੁਰੂ ਬਾਬਾ ਜੀ ਪਹੁੰਚੇ ਤੂੰ ਨਾਲ ਸੀ, ਸੇਵਾ ਬੜੀ ਕੀਤੀ, ਇਉਂ ਦੱਸ ਤੇਰੀ ਸੰਭਾਵਨਾ ਗੁਰੂ ਨਾਨਕ ਵਿੱਚ ਕਿਹੋ ਜਿਹੀ ਸੀ, ਤੂੰ ਗੁਰੂ ਨਾਨਕ ਜੀ ਨੂੰ ਕੀ ਕਰਕੇ ਸਮਝਦਾ ਰਿਹਾ ਹੈ। ਇਹ ਵਚਨ ਸੁਣ ਕੇ ਭਾਈ ਬਾਲੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਮੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਤਾ। ਗੁਰੂ ਅੰਗਦ ਜੀ ਮੁਸਕਰਾ ਕੇ ਕਹਾਂਗੇ, ਗੁਰੂ ਸ਼ੀਸ਼ਾ ਰੂਪ ਹੈ, ਸ਼ੀਸ਼ੇ ਤੋਂ ਜਿਹਾ ਜੋ ਕਿ ਮੂੰਹ ਦੇਖਦਾ ਵੈਸਾ ਉਹਨੂੰ ਆਪਣਾ ਮੂੰਹ ਦਿਸ ਜਾਂਦਾ, ਰੋਂਦਾ ਦੇਖਦਾ ਰੋਂਦਾ ਦਿੰਦਾ, ਹੱਸਦਾ ਦੇਖਦਾ ਹੱਸਦਾ ਦਿਸ ਪੈਂਦਾ। ਇਹ ਧਰਤੀ ਰੂਪ ਹੈ, ਜ਼ਮੀਨ ਵਿੱਚ ਜਿਹਾ ਜੋ ਕੋਈ ਬੀਜ ਬੀਜਦਾ ਵੈਸਾ ਉੱਗ ਪੈਂਦਾ ਹੈ। ਇਸੇ ਤਰ੍ਹਾਂ ਗੁਰੂ ਨਾਲ ਜਿਹੋ ਜਿਹੀ ਕੋਈ ਭਾਵਨਾ ਲਗਾਉਂਦਾ ਵੈਸਾ ਫਲ ਮਿਲਦਾ। ਗੁਰੂ ਸਾਕਸ਼ਾਤ ਪਾਤ ਬ੍ਰਹਮ ਹੈ, ਜਿਹੋ ਜਿਹੀ ਭਾਵਨਾ ਕਿਸੇ ਦੀ ਵੈਸਾ ਫਲ ਮਿਲਦਾ ਹੈ। ਤਾਂ ਚੂੰਕਿ ਗੁਰੂ ਨਾਨਕ ਜੀ ਨੂੰ ਇੱਕ ਮਹਾਂਪੁਰਖ ਕਰਕੇ ਨਿਸ਼ਠਾ ਕੀਤੀ, ਇਸੀ ਸੰਭਾਵਨਾ ਨਾਲ ਦਰਸ਼ਨ, ਇਸੀ ਸੰਭਾਵਨਾ ਨਾਲ ਸੇਵਾ ਕਰਦਾ ਰਿਹਾ ਹੈ, ਤੂੰ ਮਹਾਂਪੁਰਖ ਬਣ ਗਿਆ। ਕਲਪ ਦ੍ਰਿਸ਼ਟੀ ਨਹੀਂ ਹੈ। ਸੋ ਜਦੋਂ ਇਹ ਗੁਰੂ ਅੰਗਦ ਜੀ ਨੇ ਵਚਨ ਕੀਤਾ, ਸਾਰੇ ਸਿੱਖਾਂ ਨੇ ਹੱਥ ਜੋੜ ਕੇ ਉਹਨਾਂ ਅੱਗੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਆਪ ਦੱਸੋ, ਆਪ ਗੁਰੂ ਨਾਨਕ ਜੀ ਨੂੰ ਕੀ ਕਰਕੇ ਸਮਝਦੇ ਰਹੇ, ਆਪ ਦੀ ਸੰਭਾਵਨਾ ਉਹਨਾਂ ਵਿੱਚ ਕਿਹੋ ਜਿਹੀ ਸੀ। ਇਹ ਵਚਨ ਸੁਣ ਕੇ ਗੁਰੂ ਅੰਗਦ ਜੀ ਕਹਿਣ ਲੱਗੇ, ਭਾਈ ਮੈਂ ਤਾਂ ਗੁਰੂ ਨਾਨਕ ਜੀ ਨੂੰ ਸਾਕਸ਼ਾਤ ਗੁਰੂ ਪਰਬ੍ਰਹਮ ਰੂਪ ਕਰਕੇ ਸਮਝਦਾ ਰਿਹਾ, ਮੇਰੀ ਭਾਵਨਾ ਇੱਦੋਂ ਕਦੇ ਘੱਟ ਨਹੀਂ ਹੋਈ, ਇਸੀ ਭਾਵਨਾ ਨਾਲ ਦਰਸ਼ਨ, ਇਸੀ ਭਾਵਨਾ ਨਾਲ ਮੈਂ ਸੇਵਾ ਕੀਤੀ। ਅਤੇ ਸਾਰੇ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਾਲ ਗੁਰੂ ਸ਼ੀਸ਼ਾ ਰੂਪ ਤਾਂ ਹੈ। ਭਾਈ ਬਾਲੇ ਨੇ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾ ਤਾਂ ਮਹਾਂਪੁਰਖ ਬਣ ਗਿਆ। ਆਪ ਨੇ ਗੁਰੂ ਨਾਨਕ ਜੀ ਨੂੰ ਗੁਰੂ ਪਰਬ੍ਰਹਮ ਕਰਕੇ ਜਾਣੇ, ਆਪ ਗੁਰੂ ਪਰਮੇਸ਼ੁਰ ਬਣ ਗਏ। ਜਿਹੋ ਜਿਹੀ ਭਾਵਨਾ ਲਾਉਂਦਾ ਗੁਰੂ ਨਾਲ, ਵੈਸਾ ਫਲ ਮਿਲ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਇਸ ਦੀ ਬਾਬਤੀ ਕਥਾ ਇਉਂ ਫਰਮਾਉਂਦੇ ਹਨ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ,
सतगुरु पुरख दम है सतगुरु पुरख दम है ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਜਿਹਾ ਬੀਜੇ ਸੋਲ ਨੇ ਫਲ ਕਰਮ ਸਵਾਲਾ ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ ਜਿਹਾ ਮੂੰਹ ਕਰ ਭਾਲੀਏ ਤੇ ਹੋ ਵੇਖਾਲਾ ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਰ ਗੁਰੂ ਨੇ ਜੈਸੀ ਭਾਵਨਾ ਨਾਲ ਕਿਸੇ ਨੇ ਸੇਵਿਆ ਪੈਸਾ ਫਲ ਮਿਲਿਆ ਸਵਈਓ ਇਸੀ ਤਰ੍ਹਾਂ ਗੁਰੂ ਸਾਕਸ਼ਾਤ ਪਰਮ ਰੂਪ ਹੈ ਗੁਰੂ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਜੀ ਗੁਰੂ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ ਜੀ ਪਾਟੀ ਉਸੀ ਤਰ੍ਹਾਂ ਬੇਅੰਤ ਸੰਗਤਾਂ ਸੇਵਾ ਕਰਕੇ ਜਨਮ ਸਫਲਾ ਕਰਦੀਆਂ ਹਨ ਭਜਨ ਅਭਿਆਸ ਹੁੰਦੇ ਹਨ ਦੋ ਵੇਲੇ ਕੀਰਤਨ ਕਥਾ ਦੀਆਂ ਪ੍ਰਪਾਟੀਆਂ ਚੱਲ ਰਹੀਆਂ ਹਨ ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਾ ਹੋਵੇ ਬਹੁਤ ਲੋਕ ਆਪਣੇ ਆਪ ਮੁਕਤ ਦੇ ਆਪਣੀ ਕਲਿਆਣ ਦੇ ਆਪਣੀ ਮਤ ਦੇ ਅਨੁਸਾਰ ਇੱਧਰਲੇ ਉੱਧਰਲੇ ਉਪਾਅ ਕਰਿਆ ਕਰਦੇ ਹਨ ਦੇਖੇ ਗਏ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਸ੍ਰਿਸ਼ਟਾਚਾਰ ਵਾਲੇ ਜਿਤਨੇ ਅੱਛੇ ਗੁਣ ਚਾਹੀਦੇ ਸਨ ਉਹਨਾਂ ਵਿੱਚ ਕੁਦਰਤੀ ਪਾਏ ਜਾਂਦੇ ਸਨ ਸੋ ਇਸ ਤੋਂ ਇਲਾਵਾ ਆਪ ਸਾਲ ਵਿੱਚ ਦੋ ਦਫ਼ਾ
ਗੰਗਾ ਜੀ ਦੀ ਯਾਤਰਾ ਕਰਿਆ ਕਰਦੇ ਸੀ। ਯਾਤਰਾ ਸਤਸੰਗ ਤੀਰਥ ਸੱਚਾ ਤੀਰਥ ਸਤਸੰਗ ਦੱਸਿਆ। ਤੀਰਥਾਂ ਦੀ ਬਾਬਤ ਜੇ ਵਿਚਾਰ ਕੀਤੀ ਜਾਏ ਗੁਰਬਾਣੀ 'ਚ ਆਉਂਦਾ ਹੈ ਤੀਰਥ ਕੀ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਜੇ ਤੀਰਥ ਕੀਤੀਆਂ ਇੱਕ ਗੁਣਾ ਫਲ ਹੈ ਤਾਂ ਸੰਤ ਸ਼ਾਂਤ ਚਿੱਤ ਸ਼ਾਂਤ ਆਤਮਾ ਮਹਾਤਮਾ ਮਿਲ ਜਾਏ ਚੌਗਣਾ ਫਲ ਹੋ ਜਾਂਦਾ। ਗੁਰੂ ਸ਼ਰਨ ਪ੍ਰਾਪਤ ਹੋ ਕੇ ਭਜਨ ਬੰਦਗੀ ਕਰਨ ਲੱਗ ਪਿਆ ਇਸ ਮਾਰਗ ਚੱਲ ਪਿਆ ਫਿਰ ਫਲਾਂ ਦਾ ਘਾਟਾ ਨਹੀਂ ਰਹਿੰਦਾ। ਤਾਂ ਅਤੇ ਤੀਰਥਾਂ ਦਾ ਇੱਕ ਗੁਣਾ ਫਲ ਵੀ ਤਦ ਹੈ ਜੇ ਤੀਰਥ ਜਿਵੇਂ ਕਰਨੇ ਚਾਹੀਦੇ ਨੇ ਉਸ ਤਰੀਕੇ ਸਿਰ ਕੀਤੇ ਜਾਣ। ਤੀਰਥ ਇਉਂ ਨਹੀਂ ਹੋਣੇ ਚਾਹੀਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋ ਪੌ ਚੜ੍ਹੀਏ ਸ਼ਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਵਿਸ਼ਨ ਕੋਰ ਸਾਧ ਭਲਿਆ ਨਾਤਿਆਂ ਚੋਰ ਸੋ ਚੋਰਾਂ ਚੋਰ। ਤੀਰਥਾਂ 'ਤੇ ਜਾ ਕੇ ਜੁੱਤੇ ਚਰਾ ਲੈਣੇ ਜੇਬਾਂ ਕੱਟਣੀਆਂ ਹੋਰ ਕਈ ਕੁਛ ਕਰਨੇ ਉਹ ਤੀਰਥਾਂ 'ਤੇ ਜੇ ਗੁਣਾ ਇਸ਼ਨਾਨ ਕੀਤੇ ਤਾਂ ਕੁਛ ਪੁੰਨ ਵੀ ਹੈ ਤਾਂ ਕਈ ਗੁਣਾ ਪਾਪ ਸਿਰ ਚਾੜ ਕੇ ਆਉਂਦਾ ਹੈ ਬਲਕਿ ਬੱਜਰ ਪਾਪ ਬਣ ਜਾਂਦਾ ਹੈ। ਸੋ ਇਸ ਕਰਕੇ ਇਉਂ ਤੀਰਥ ਨੁਕਸਾਨ ਦੇਣ ਤੀਰਥ ਸ਼ਰਧਾ ਨਾਲ ਕਰੇ ਜੇ ਤੀਰਥ ਕਰਨਾ ਹੈ ਉੱਥੇ ਜਾ ਕੇ ਕੁਛ ਪੁੰਨਦਾਨ ਵੀ ਕਰੇ ਕੁਛ ਸੇਵਾ ਵੀ ਕਰੇ। ਸਤਸੰਗ ਅਕਸਰ ਤੀਰਥਾਂ 'ਤੇ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਮਹਾਂਪੁਰਖ ਇਕੱਠੇ ਹੁੰਦੇ ਨੇ ਉੱਥੇ ਮਨ ਚਿੱਤ ਲਗਾ ਕੇ ਸੁਣੇ ਕੁਛ ਨਾ ਕੁਛ ਨਿਸ਼ਚਿਤ ਕਰਮ ਵੀ ਛੋੜ ਕੇ ਆਵੇ ਤਦ ਜਾ ਕੇ ਤੀਰਥ ਕੀਏ ਕਾ ਏਕ ਫਲ ਹੈ ਵਰਨਾ ਨਹੀਂ। ਖੈਰ ਉਹ ਬਾਬਾ ਜੀ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਜਿਹੜੇ ਨਿਸ਼ਚਿਤ ਕਰਮ ਮੰਦਰਾ ਮਾਰ ਚੋਰੀ ਜਾਰੀ ਠੱਗੀ ਦੁਰਾਚਾਰ ਨਿੰਦਿਆ ਝੂਠ ਸਾਰਿਆਂ ਦੇ ਪਰੇ ਸਨ। ਸੋ ਸਾਲ ਵੀ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਉੱਥੇ ਜਾ ਕੇ ਸੇਵਾ ਆਦਿ ਕਰਨੀ ਸਭ ਕੁਛ ਕਰਨੀ। ਇਸ ਤੋਂ ਇਲਾਵਾ ਆਪਣੇ ਆਪ ਹੀ ਖੋਰਸ ਮੰਤਰ ਦੀ ਪੱਕੀ ਮਾਲਾ ਖੋਰਸ ਮੰਤਰ ਹੋਇਆ ਜਿਹੜਾ ਧਰੂ ਨੇ ਜਪਿਆ ਸੀ ਜੇ ਗੁਰੂ ਸ਼ਰਨ ਨਹੀਂ ਸੀ ਪ੍ਰਾਪਤ ਆਪਣੇ ਆਪ ਵੀ ਬਹੁਤ ਸਾਰੇ ਸੁਣ ਸੁਣਾ ਕੇ ਲੱਗ ਜਾਂਦੇ ਹੈ। ਸੋ ਇਉਂ ਆਪ ਜੀ ਪੱਕੀ ਮਾਲਾ 160 ਕੱਚੀਆਂ ਮਾਲਾ ਦੀ ਇੱਕ ਪੱਕੀ ਮਾਲਾ ਕਹਿਲਾਉਂਦੀ ਹੈ ਇਹ ਰੋਜ਼ਾਨਾ ਕਰਦੇ ਹੁੰਦੇ ਸਨ। ਇਹੋ ਜਿਹੇ ਉਹਨਾਂ ਦਾ ਸੁਭਾਅ ਕਿਉਂ ਉਹਨਾਂ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਸੀ। ਬਚਪਨ ਲੰਘ ਗਈ ਜਵਾਨੀ ਵੀ ਲੰਘ ਗਈ ਬੁਢਾਪਾ 10 ਬਾਲ ਤਨਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੈ 40-85 ਪੱਖ ਸੇ ਸੱਠੀ ਕੇ ਬੁਢੇਪਾ ਆਵੈ 17 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ 90 ਕਾਸੇ ਜਾਸਣੀ ਮੂਲਾਂ ਜਣ ਅਪਵਲ ਟੰਡੋਲ ਮਟੂ ਡਿੱਠ ਮੈਂ ਨਾਨਕ ਜੱਗ ਤੂੰ ਹੈ ਕਾ ਤੌਲਾ ਤੂੰ ਇਹਦੀ ਨਹੀਂ ਹੈ ਦੇਖਣ ਨੂੰ ਦੀਂਦਾ ਹਵਾ ਹੀ ਉੱਡ ਜਾਂਦਾ। ਇਸੇ ਤਰ੍ਹਾਂ ਸਰੀਰ ਦੀਂਦੇ ਹਨ ਜਦੋਂ ਮੌਤ ਰੂਪੀ ਹਵਾ ਹੀ ਪਤਾ ਨਹੀਂ ਕਿੱਦਣ ਨੂੰ ਛਾਇਮੇ ਹੀ ਹੋ ਜਾਂਦੇ ਦੇਖਦੇ ਨਹੀਂ ਕਿੰਨੇ ਉੱਡ ਕੇ ਕੋਈ ਦੀਂਦਾ ਉਹਨਾਂ ਦੇ ਅਕਸ਼ਮਾਤ ਹੀ ਰਹਿ ਗਏ ਗੱਲਾਂ ਹੀ ਰਹਿ ਗਈਆਂ। ਸਵੇਂ ਸੰਸਾਰ ਦੀ ਇਹੋ ਜਿਹੀ ਦਿਸ਼ਾ ਹੈ ਸੰਸਾਰ ਤੂੰ ਦਾ ਪਹਾੜ ਹੈ ਸੱਤ ਨਹੀਂ ਹੈ। ਸਵੇਂ ਆਪ ਜੀ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ ਹਰ ਸਾਲ ਹੀ ਇਸੇ ਤਰ੍ਹਾਂ। ਅੱਜ ਕੱਲ੍ਹ ਵਾਂਗੂ ਨਹੀਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਬੜੀ ਔਖੀ ਸੀ ਕਿਉਂਕਿ ਜੰਗਲਾਤ ਬਹੁਤ ਸਨ ਜੰਗਲਾਂ ਵਿੱਚ ਬੜੇ ਦਰਿੰਦੇ ਰਹਿੰਦੇ ਸਨ ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ ਨਾਲ ਪੰਜੀਰੀਆਂ ਬਣਾ ਕੇ ਲੈ ਜਾਂਦੇ ਕਿੰਨਾ ਚਿਰ ਲੱਗਿਆ ਕਰਦਾ ਸੀ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਿਲ ਕੇ ਜਾਂਦੇ ਕੀ ਪਤਾ ਮੁੜਨਾ ਹੈ ਕਿ ਨਾ ਮੁੜਨਾ। ਇਉਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਅੱਜ ਸਮੇਂ ਨਾਲ ਬਹੁਤ ਜ਼ਿਆਦਾ ਔਖੀ ਸੀ। ਅੱਜ ਕਿੰਨੇ ਆਸਾਨ ਸਾਧਨ ਬਣ ਗਏ ਸੜਕਾਂ ਅੱਛੀਆਂ ਹੋ ਗਈਆਂ ਰੇਲਾਂ ਹੋ ਗਈਆਂ ਮੋਟਰਾਂ ਹੋ ਗਈਆਂ ਦੂਰਜਣ ਹਵਾਈ ਜਹਾਜ਼ ਹੋ ਗਏ ਪੈਸੇ ਦੀ ਲੋੜ ਕਿਵੇਂ ਫਿਰ ਇਸ ਤਰੀਕੇ ਸਿਰ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸਾਧਨ ਹੈ ਨਹੀਂ ਸਨ। ਇਉਂ ਇਹ ਕੁਛ ਹੋਣ ਦੇ ਬਾਵਜੂਦ ਆਪ ਜੀ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਇਸ਼ਨਾਨ ਆਦਿ ਕਰਿਆ ਕਰਦੇ ਸਨ ਪੂਰੀ ਵਿਧੀ ਅਨੁਸਾਰ। ਸੋ ਇਸੇ ਤਰ੍ਹਾਂ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਕਰਮਕਾਂਡੀ ਪੰਡਿਤ ਜੋ ਕਿ ਨਗੂਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਇਹੋ ਜਿਹੇ ਦਾ ਮਿਲਾਪ ਹੋ ਗਿਆ ਇਕੱਠੇ ਰਹੇ ਬਹੁਤ ਦੇਰ ਤੱਕ। ਆਪ ਜੀ ਦੇ ਚੰਗੇ ਗੁਣ ਚੰਗੇ ਸੁਭਾਅ ਸਾਰੀਆਂ ਗੱਲਾਂ ਬਾਤਾਂ ਦੇਖ ਕੇ ਆਪ ਤੋਂ ਪੰਜੀਰੀ ਲੈ ਕੇ ਵੀ ਖਾਂਦਾ ਰਿਹਾ। ਆਪ ਜੀ ਦੇ ਚਰਨ ਵਿੱਚ ਪਦਮ ਰੇਖਾ ਦੇਖ ਕੇ ਵੀ ਉਹ ਬੜਾ ਖੁਸ਼ ਹੋਇਆ ਥੋੜ੍ਹਾ ਜਿਹਾ ਪਾਮਿਸ਼ਟ ਵੀ ਸੀ ਰੇਖਾ ਵਗੈਰਾ ਦਾ ਵੀ ਜਾਣੂ ਸੀ। ਆਪ ਦੇ ਚਰਨ ਵਿੱਚ ਪਦਮ ਰੇਖਾ ਜੋ ਬਾਦਸ਼ਾਹਾਂ ਦੇ ਜਾਂ ਅਵਤਾਰਾਂ ਦੇ ਹੋਇਆ ਕਰਦੇ ਹਰੇਕ ਤੇ ਨਹੀਂ ਹੁੰਦੀ ਉਹ ਦੇਖ ਕੇ ਵੀ ਖੁਸ਼ ਹੈ ਇਤਿਹਾਸ। ਇੱਕ ਦਿਨ ਉਸਨੇ ਗੱਲਬਾਤ ਵਾਪਸ ਆ ਗਏ ਤੀਰਥ ਯਾਤਰਾ ਕਰਕੇ ਆਪ ਜੀ ਦੇ ਪਿੰਡ ਆ ਗਏ ਰਹਿੰਦੇ ਸਹਿੰਦੇ ਰਹੇ ਰਾਤ ਦਾ ਵਕਤ ਹੈ ਬਾਹਰ ਬੈਠੇ ਨੇ ਇੱਕ ਥਾਂ ਗੱਲਾਂ ਬਾਤਾਂ ਚੱਲੀਆਂ ਹੋਰ ਰੋਗੀ ਗੱਲਾਂ ਕਿਵੇਂ ਹੈ ਆਪ ਨੂੰ ਕਿਵੇਂ ਇਜਾਜ਼ਤ ਦਿੰਦੇ ਨੇ ਘਰ ਦੇ ਕਹਿੰਦੇ ਸਾਨੂੰ ਤਾਂ ਕੋਈ ਕੁਛ ਕਹਿੰਦਾ ਹੀ ਕੋਈ ਨਹੀਂ ਲੜਕੀ ਹਨ ਲੜਕੇ ਹਨ ਅਸੀਂ ਖੁਸ਼ੀ ਨਾਲ ਆਪਣਾ ਇਸ ਪਾਸੇ ਲੱਗੇ ਰਹਿੰਦੇ ਹਾਂ ਸਾਨੂੰ ਹੋਰ ਕੋਈ ਸੰਕਲਪ ਨਹੀਂ ਹੈ ਬੜੇ ਭਾਗਾਂ ਵਾਲੇ ਉਹ ਕਹਿਣ ਲੱਗਿਆ ਅਖੀਰ ਪੁੱਛਣ ਲੱਗਿਆ ਆਪ ਦੇ ਗੁਰਦੇਵ ਕੌਣ ਜਿਨ੍ਹਾਂ ਦੀ ਦੀਖਿਆ ਅਨੁਸਾਰ ਆਪਣਾ ਜਨਮ ਸਫਲਾ ਕਰਦੇ ਹੋ।
ਇਹ ਬਚਨ ਸੁਣ ਕੇ ਆਪ ਜੀ ਕਹਿਣਗੇ ਇਹ ਗੱਲ ਤਾਂ ਨਹੀਂ ਮੈਂ ਜਾਣਦਾ ਗੁਰਦੇਵ ਕੀ ਹੁੰਦਾ ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਸੀ ਪਰ ਸ਼ਰਾਬ ਮਾਰ ਚੋਰੀ ਜਾਰੀ ਠੱਗੀ ਦੁਰਾਚਾਰ ਹੋਰ ਜੋ ਕੁਛ ਜਿਹਦਾ ਬੁਰਾ ਨਹੀਂ ਕੀਤਾ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਕਰਨਾ ਜਾਤੇ ਹੋਸ਼ ਸੰਭਲੀ ਹੋਈ ਫਿਰ ਖੋਜ ਮੰਤਰ ਦੀ ਪੱਕੀ ਮਾਲਾ ਕਰਦਾ ਇੰਨਾ ਕੁਛ ਕਰਨ ਦੇ ਬਾਵਜੂਦ ਕਿ ਗੁਰੂ ਦੀ ਫਿਰ ਵੀ ਲੋੜ ਰਹਿ ਗਈ ਇੰਨੀ ਗੱਲ ਜਦੋਂ ਉਹਨਾਂ ਨੇ ਬਾਬਾ ਜੀ ਨੇ ਕਈ ਹੈਰਾਨ ਹੋ ਗਿਆ ਓਹੋ ਬਾਬਾ ਜੀ ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਗੁਰਮੁਖ ਹੋ ਗਏ ਲੇਕਿਨ ਤੁਸੀਂ ਨਗੁਰੇ ਮੈਂ ਤਾਂ ਮੇਰੇ ਤਾਂ ਪ੍ਰਣ ਸੀ ਨਗੁਰੇ ਦੇ ਇੱਥੇ ਮੈਂ ਖਾਂਦਾ ਨਹੀਂ ਸੀ ਹੁੰਦਾ ਮੈਂ ਤਾਂ ਪੰਜਰੀ ਲੈ ਕੇ ਖਾਂਦਾ ਰਿਹਾ ਤੁਸੀਂ ਤਾਂ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ ਸਤਿਗੁਰੂ ਬਾਜੋ ਗੁਰੂ ਨੇ ਕੋਈ ਨਗੁਰੇ ਕਹਾ ਨਾ ਬੁਰਾ ਨਗੁਰੇ ਪੁਰਸ਼ ਤਾਂ ਨਾ ਹੀ ਬੁਰਾ ਹੈ ਨਗੁਰਾ ਪੁਰ ਜਿੱਥੇ ਪੈਂਦਾ ਹੈ ਸਵਾ ਗਜ਼ ਧਰਤੀ ਨੂੰ ਸ਼ੁੱਧ ਕਰ ਦਿੰਦਾ ਹੈ ਸੋ ਉਹ ਵੀ ਸਾਖੀ ਸੁਣਾਈ ਕਿਸੇ ਮੌਕੇ ਦੇਵਤੇ ਦੀ ਸਭਾ ਲੱਗਦੇ ਜਗਨਨਾਥ ਤੀਰਥ ਹੈ ਜਿਹਨਾਂ ਵਿੱਚ ਨਾਰਦ ਵੀ ਆਉਂਦਾ ਬ੍ਰਹਮਾ ਦਾ ਪੁੱਤਰ ਹੈ ਅਜੀ ਨਗੁਰਾ ਸੀ ਸੋ ਜਿੱਥੇ ਬਹਿੰਦਾ ਉੱਥੋਂ ਸਵਾ ਗਜ਼ ਮਿੱਟੀ ਪਤਾ ਕੇ ਬਾਹਰ ਫੈਂਕੀ ਜਾਂਦੀ ਹੈ ਇੱਕ ਦਿਨ ਫਿਰਦਾ ਫਿਰਦਾ ਪੁੱਛਣਗੇ ਕੀ ਕਰਦੇ ਹੋ ਮਜ਼ਦੂਰ ਕਹਿਣ ਲੱਗੇ ਨਾਰਦ ਹੈ ਕੋਈ ਨਗੁਰਾ ਹੈ ਤਾਂ ਬ੍ਰਹਮਾ ਦਾ ਪੁੱਤਰ ਪਰ ਨਗੁਰਾ ਹੈ ਜੇ ਜਦ ਵੀ ਸਵਾ ਲੱਗਦੀ ਜਿੱਥੇ ਬੈਠਾ ਹੁੰਦਾ ਅਸੀਂ ਸਵਾ ਗਜ਼ ਮਿੱਟੀ ਪੱਟ ਕੇ ਬਾਹਰ ਫੈਂਕਦੇ ਹਾਂ ਨਗੁਰੇ ਪੁਰਸ਼ ਦੀ ਇਹ ਜਿਹੀ ਦਿਸ਼ਾ ਹੈ ਸੋ ਉਹਨੂੰ ਬੜਾ ਦੁੱਖ ਹੋਇਆ ਆਪਣੇ ਪਿਤਾ ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ ਇਹ ਕੀ ਗੱਲ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਤੁਹਾਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਉਹ ਕਹਿੰਦੇ ਕੁਛ ਵੀ ਭਾਵੇਂ ਇਸੀ ਗੱਲ ਹੈ ਨਗੁਰੇ ਦੀ ਤਾਂ ਗਤੀ ਐਸੀ ਨਗੁਰੇ ਦੀ ਬਾਬਤ ਐਵੇਂ ਕੁਛ ਦੱਸਿਆ ਹੋਇਆ ਬਿਨਾਂ ਗੁਰਾਂ ਤੋਂ ਮੁਕਤ ਨਾ ਜੀ ਹੋਵੇ ਉੱਚਾ ਬ੍ਰਹਮੇ ਨਾਰਦੇ ਬਿਨਾਂ ਗੁਰਾਂ ਤੋਂ ਮੁਕਤ ਨਾ ਹੋ ਉੱਚਾ ਬ੍ਰਹਮੇ ਨਾਰਦੇ ਪੂਰਾ ਜੇ ਮਿਲੇ
ਪਾਈਏ ਰਤਨ ਵਿਚਾਰ, ਮਨ ਦੀਜੈ ਗੁਰੇ ਆਪਣਾ, ਪਾਈਏ ਸਰਵ ਪਿਆਰ ਨਾਮ ਪਦਾਰਥ ਪਾਈਏ, ਔਗਣ ਮੇਟਣ ਹਾਰ ਪਾਈ ਰੇ, ਗੁਰੂ ਬਿਨ ਗਿਆਨ ਨ ਹੋਏ। ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਈ, ਗੁਰੂ ਬਿਨ ਗਿਆਨ ਨਹੀਂ। ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਯਾਨੇ ਗੁਰੂ ਬਿਨਾਂ ਗਿਆਨ ਨਹੀਂ, ਗਿਆਨ ਬਿਨਾਂ ਮੁਕਤ ਨਹੀਂ। ਐਸਾ ਬਹੁਤ ਸਾਰੇ ਪ੍ਰਮਾਣ ਦੇ ਕੇ ਉਸ ਬ੍ਰਹਮਚਾਰੀ ਕਰਮਕਾਂਡੀ ਨੇ ਬਾਬਾ ਜੀ ਨੂੰ ਅੱਛੀ ਤਰ੍ਹਾਂ ਸਮਝਾਇਆ। ਫਿਰ ਉਹਨਾਂ ਪੁੱਛਿਆ, ਜਿਹੜੇ ਸ੍ਰੇਸ਼ਟਾਚਾਰ ਕਰਦੇ ਨੇ ਲੋਕ, ਗੁਰੇ ਹਨ, ਦਾਨ ਕਰਦੇ ਹਨ, ਪੁੰਨ ਕਰਦੇ ਹਨ, ਭਜਨ ਪਾਠ ਵੀ ਆਪਣੇ ਆਪ ਕੁਛ ਥੋੜ੍ਹਾ ਬਹੁਤ ਕਰਦੇ ਹਨ, ਚੰਗੇ ਕਰਮਾਂ ਦਾ ਇਹਨਾਂ ਦਾ ਫਲ ਸੁੱਖ ਦੱਸਿਆ, ਫਿਰ ਜੇ ਮੁਕਤ ਨਾ ਹੋਈ ਇਹ ਕਰਮ ਕਿੱਧਰ ਜਾਣਗੇ? ਉਹਦੀ ਬਾਬਤ ਦੱਸਿਆ, ਗੁਰਮੰਤਰੀਣਿਸ ਜੋ ਪੁਰਾਣੀ ਤਿਰਗੰਤ ਜਨ ਪ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਗਰਵ ਹੈ ਸਰਪਨ ਹੈ ਕਾਕਾ ਹੈ ਤੁਰਖ ਲੈ। ਜੋ ਗੁਰਾ ਪੁਰਸ਼ ਜਿਹੜਾ ਹੈ, ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ, ਉਹਦਾ ਜਨਮ ਤਿਖਾਰ ਯੋਗ, ਉਹਨੂੰ ਕਾਵਾਂ ਕੁੱਤਿਆਂ ਖੋਤਿਆਂ ਕਦੇ ਆਦਿ ਦੀਆਂ ਜੋਨੀਆਂ ਮਿਲਣਗੀਆਂ, ਮਾਨੁਕ ਤਨ ਨਹੀਂ ਮਿਲੇਗਾ। ਜਿਹੜੇ ਪੁੰਨ ਆਦਿ ਕਰਦਾ ਹੈ, ਨਗੁਰਾ ਰਹਿ ਕੇ, ਪੁੰਨ ਦਾ ਫਲ ਸੁੱਖ ਜ਼ਰੂਰ ਹੈ, ਇਹ ਪਰਮੇਸ਼ਰ ਦੀ ਮਰਿਆਦਾ, ਈਸ਼ਵਰੀ ਮਰਿਆਦਾ, ਜਦ ਤੋਂ ਸ੍ਰਿਸ਼ਟੀ ਰਚੀ ਰਹੇ ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ। ਨਗੁਰਾ ਰਹਿ ਕੇ ਜੋ ਪੁੰਨ ਕਰਮ ਕਰਦਾ, ਹੋਰ ਜੋਨੀਆਂ ਵਿੱਚ ਉਹਦਾ ਫਲ ਸੁੱਖ ਭੁਗਤ ਲੂਗਾ, ਇੱਕ ਮਾਨੁਖ ਦੇ ਨਹੀਂ ਮਿਲੇਗੀ, ਮੁੱਖ ਤੱਕ ਕਿਤੇ ਦਰਕਨਾਰ ਰਹੇਗੀ। ਸੋ ਇਸ ਵਾਸਤੇ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਉਸਨੇ ਬਾਬਾ ਅਮਰਦਾਸ ਜੀ ਨੂੰ ਅੱਛੀ ਤਰ੍ਹਾਂ ਇਹ ਗੱਲ ਜ਼ਹਿਨ ਨਸ਼ੀਨ ਕਰਵਾ ਦਿੱਤੀ, ਉਹਨਾਂ ਦੇ ਦਿਮਾਗ ਵਿੱਚ ਬਿਠਾ ਦਿੱਤੀ, ਇਹਨੂੰ ਗੁਰੇ ਪੁਰਸ਼ ਦੀ ਗਤੀ ਨਹੀਂ ਹੈ, ਭਾਵੇਂ ਕਿਤਨਾ ਵੀ ਸ੍ਰੇਸ਼ਟਾਚਾਰ ਹੈ। ਉਸ ਦਿਨ ਤੋਂ ਆਪ ਜੀ ਨੂੰ ਜ਼ਬਰਦਸਤ ਲੱਗਣ ਲੱਗੀ। ਉਹ ਤਾਂ ਕੁਝ ਥੋੜ੍ਹਾ ਜਿਹਾ ਘਬਰਾ ਕੇ ਚੋਂ ਜਲਾ ਕੇ, ਵੀ ਮੈਂ ਤੁਹਾਨੂੰ ਗੁਰੇ ਦੇ ਹੱਥੋਂ ਕਦੇ ਕੁਛ ਖਾਧਾ ਨਹੀਂ ਸੀ, ਮੇਰਾ ਪਰਣ ਸੀ, ਨੂੰ ਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ। ਸਾਧਸੰਗ ਜਦੋਂ ਪਰਣ ਭੰਗ ਹੁੰਦਾ ਹੈ ਆਦਿ, ਬੜਾ ਘਬਰਾਹਟ ਹੁੰਦੀ ਹੈ, ਬੜਾ ਖੇਦ ਹੋਇਆ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਇਹੋ ਜਿਹਾ ਪ੍ਰੇਮੀ ਸੀ ਹੀ ਜਿਸ ਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ 'ਤੇ ਸੀ, ਜਿਹਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਹਦੇ ਘਰੋਂ ਉਹਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ। ਉਹ ਕਿਤੇ ਗੰਗਾ ਜੀ ਦੀ ਯਾਤਰਾ ਨੂੰ ਚੱਲਿਆ, ਰਸਤੇ ਦੇ ਵਿੱਚ ਕਿਸੇ ਮਹਾਂਪੁਰਖ ਦਾ ਆਸ਼ਰਮ ਆ ਗਿਆ, ਉਹ ਉਹਨਾਂ ਦੀ ਨਿਸ਼ਠਾ ਭਗਤੀ ਗਿਆਨ ਵਿੱਚ ਸੀ। ਸੋ ਉੱਥੇ ਲੰਗਰ ਵਗੈਰਾ ਵੀ ਚੱਲਦਾ ਸੀ, ਸਾਧੂ ਰਹਿੰਦੇ ਸੀ ਭਜਨ ਕਰਨ ਵਾਲੇ। ਉੱਥੇ ਉਸਨੂੰ ਰਾਤ ਪੈ ਗਈ, ਅੱਗੇ ਘਣਾ ਜੰਗਲ ਸੀ, ਇਹ ਜਾਣ ਕੇ ਅੱਗੇ ਜਾਂਦੇ ਹਾਂ ਤਾਂ ਰਸਤੇ 'ਚ ਕੋਈ ਜੰਗਲੀ ਜਾਨਵਰ ਨਾ ਤੰਗ ਕਰੇ, ਰਾਤ ਇੱਥੇ ਕੱਟ ਲੈਂਦੇ ਹਾਂ, ਕੱਲ੍ਹ ਸਵੇਰੇ ਚੱਲਾਂਗੇ। ਠਹਿਰ ਗਿਆ ਸ਼ਾਮ ਦਾ ਵਕਤ, ਲੰਗਰ ਵਗੈਰਾ ਦੀ ਘੰਟੀਆਂ ਵੱਜ ਗਈਆਂ, ਪ੍ਰਸ਼ਾਦ ਛਕ ਲਏ, ਇਹ ਜਾਣ ਕੇ ਇਹ ਤਾਂ ਨੇੜੇ ਹੀ ਰਹਿੰਦੇ ਹਨ, ਇਹਨੂੰ ਤਾਂ ਕਈ ਦਫ਼ਾ ਇਸ਼ਨਾਨ ਕੀਤਾ ਹੁਣ, ਇਹ ਆਪਣੇ ਦਿਲ ਵਿੱਚ ਹੀ ਖਿਆਲ ਕਰਕੇ ਉਸਨੇ ਉੱਥੋਂ ਉਸ ਲੰਗਰ ਵਿੱਚੋਂ ਭੋਜਨ ਛਕ ਲਿਆ। ਬਾਅਦ ਵਿੱਚ ਮੁਖੀ ਮਹਾਤਮਾ ਦੇ ਪਾਸ ਹੋਰ ਵੀ ਪ੍ਰੇਮੀ ਆ ਬੈਠੇ, ਉਹ ਵੀ ਆ ਬੈਠੇ, ਆਪਣੇ ਆਪਣੇ ਖਿਆਲ ਦੀ ਗੱਲ ਹਮੇਸ਼ਾ ਮਹਾਂਪੁਰਖ ਪਾਸ ਜਾ ਕੇ ਕੋਈ ਛੇੜਿਆ ਕਰਦਾ ਹੈ। ਉਸਨੇ ਗੱਲ ਛੇੜੀ, ਬਾਬਾ ਜੀ ਆਪਣੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੋਣਾ, ਕਿਉਂਕਿ ਆਪ ਨੇੜੇ ਵੱਸਦੇ ਹੋ। ਉਹ ਕਹਿਣਗੇ, ਬਾਈ ਅਸੀਂ ਤਾਂ ਇੱਕ ਵਾਰੀ ਵੀ ਨਹੀਂ ਕੀਤਾ, ਸਾਡੀ ਨਿਸ਼ਠਾ ਤਾਂ, ਸਾਡੀ ਸ਼ਰਧਾ ਤਾਂ ਭਈ ਔਰ ਗਿਆਨ 'ਤੇ ਹੈ। ਇਸ ਕਰਕੇ ਯਾਤਰਾ ਗੰਗਾ ਜੀ ਦੀ ਵਿੱਚੇ ਆ ਗਈ, ਸੱਚਾ ਤੀਰਥ ਨਾਮ ਹੈ। ਇਹ ਸੁਣ ਕੇ ਉਹ ਘਬਰਾ ਗਿਆ, ਓਹੋ ਕਹਿਣ ਲੱਗਾ, ਮੈਂ ਤਾਂ ਪ੍ਰਣ ਭੰਗ ਕਰ ਬੈਠਾ, ਮੈਂ ਤਾਂ ਉਸਦੇ ਹੱਥੋਂ ਜਾਂ ਉਸਦੇ ਘਰੋਂ ਕਦੇ ਨਹੀਂ ਸਿੱਖਾ ਦਾ, ਜਿਹਨੇ ਕਦੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ, ਤਾਂ ਕਹਿੰਦੇ ਕੀਤਾ ਹੀ ਨਹੀਂ ਕਦੇ। ਘਬਰਾਹਟ ਹੋਣੀ ਲਾਜ਼ਮੀ ਸੀ, ਸੂਰ ਛਿਪ ਗਿਆ, ਘਬਰਾਇਆ, ਉਸ ਹੱਦ ਤੋਂ ਡੇਰੇ ਦੀ ਤੋਂ ਬਾਹਰ ਨਿਕਲ ਗਿਆ, ਵੀ ਮੈਂ ਇੱਥੇ ਨਹੀਂ ਰਹਿੰਦਾ ਰਾਤ ਨੂੰ। ਨਾਲ ਇੱਕ ਟਿੱਬਾ ਸੀ ਉੱਚਾ ਜਿਹਾ, ਗਰਮੀ ਦਾ ਮੌਸਮ ਸੀ ਕੁਛ, ਉਹਦੇ ਉੱਪਰ ਜਾ ਕੇ ਰਾਤ ਇੱਥੇ ਕੱਟ ਲੈਂਦੇ ਹਾਂ, ਸਵੇਰੇ ਚੱਲਾਂਗੇ, ਕਿਉਂਕਿ ਅੱਗੇ ਘਣਾ ਜੰਗਲ ਹੈ। ਘਬਰਾਏ ਆਦਮੀ ਨੂੰ ਨੀਂਦ ਨਹੀਂ ਪਿਆ ਕਰਦੀ, ਕੁਦਰਤੀ ਗੱਲ ਹੈ, ਨੀਂਦ ਦੇ ਨਾ ਆਉਣ ਦਾ ਕਾਰਨ ਚਿੱਤ ਦੀ ਘਬਰਾਹਟ ਹੈ, ਖੋਬ ਹੈ। ਘਬਰਾਹਟ ਹੋਣ ਕਰਕੇ ਉਸਨੂੰ ਨੀਂਦ ਨਾ ਪਈ, ਅੱਧੀ ਰਾਤ ਗੁਜ਼ਰ ਗਈ, ਪਿਛਲਾ ਪੈ ਰਾਤਰੀ ਦਾ ਹੋਇਆ, ਕੀ ਦੇਖਦਾ ਹੈ, ਤਿੰਨ ਗਊਆਂ ਗੱਦੀਆਂ ਚਲੀਆਂ ਆ ਰਹੀਆਂ ਹਨ, ਟਿੱਬੇ ਦੇ ਪਾਸ ਦੀਆਂ ਗੁਜ਼ਰੀਆਂ, ਅੱਗੇ ਜਿੱਥੇ ਬਾਹਰਲੇ ਪਾਸੇ ਗੰਦੇ ਜਿਹੇ ਪਾਣੀ ਦਾ ਡੁੰਮ ਸੀ, ਜਿਹੜਾ ਅੰਦਰੋਂ ਉੱਥੋਂ ਦੇ ਨਹਾਉਣ ਇਸ਼ਨਾਨ ਆਦਿ ਕਰਨ ਵਾਲੇ ਸਾਧੂ ਮਹਾਤਮਾ, ਉਹਨਾਂ ਦੇ ਨਹਾਉਣ ਵਗੈਰਾ ਦਾ ਪਾਣੀ ਆਉਂਦਾ ਸੀ, ਉੱਥੇ ਬਾਹਰ ਗਿਰਦਾ ਸੀ। ਉੱਥੇ ਆ ਕੇ ਉਹਨਾਂ ਨੇ ਕਾਲੇ ਰੰਗ ਦੀਆਂ ਗਊਆਂ ਨੇ ਚੁੱਭੀਆਂ ਲਗਾਈਆਂ, ਉਹਨਾਂ ਦੇ ਰੰਗ ਸਫੈਦ ਹੋ ਗਏ, ਚਿੱਟੇ ਹੋ ਗਏ, ਇਹ ਦੇਖ ਰਿਹਾ, ਵਾਪਸ ਮੁੜਿਆ ਜਾਂਦੇ ਆ, ਹੈਰਾਨ ਹੋ ਗਿਆ ਵੀ ਇਹਨਾਂ ਦੇ ਰੰਗ ਸਫੈਦ ਕਿਵੇਂ ਹੋ ਗਏ, ਹੁਣ ਇੱਥੋਂ ਲੰਘੀਆਂ ਕਾਲੇ ਰੰਗ ਸਨ। ਪੁੱਛਣਗੇ, ਤੁਸੀਂ ਕੌਣ ਹੋ, ਪਹਿਲੇ ਜਾਂਦੇ ਹੋ, ਤੁਹਾਡੇ ਰੰਗ ਕਾਲੇ ਹੋ, ਗੰਦੇ ਜਿਹੇ ਪਾਣੀ ਵਿੱਚ ਤੁਸੀਂ ਚੁੱਭੀਆਂ ਲਾਈਆਂ, ਤੁਹਾਡੇ ਰੰਗ ਸਫੈਦ ਹੋ ਗਏ, ਇਹ ਕੀ ਕਾਰਨ ਹੈ, ਅਸਲੀ ਹਕੀਕਤ ਖੋਲ੍ਹ ਕੇ ਦੱਸੋ। ਉਹ ਕਹਿਣ ਲੱਗੇ, ਅਸੀਂ ਤਿੰਨ ਪਵਿੱਤਰ ਨਦੀਆਂ, ਗੰਗਾ, ਜਮਨਾ, ਗੋਦਾਵਰੀ, ਇਸ ਅਭਿਮਾਨੀ ਦੇਵਤਾ ਇਹਨਾਂ ਦੇ,
ਸਾਡੇ ਰੰਗ ਕਾਲੇ ਪਹਿਲੇ ਕਿਉਂ ਸਨ? ਲੋਕ ਸਾਡੇ ਸ਼ਰਧਾ ਨਾਲ ਇਸ਼ਨਾਨ ਆਦਿ ਕਰਦੇ ਨੇ, ਪਾਪ ਛੱਡ ਜਾਂਦੇ ਨੇ। ਪਾਪ ਦਾ ਰੰਗ ਹਮੇਸ਼ਾ ਕਾਲਾ ਹੈ, ਇਸ ਕਰਕੇ ਸਾਡੇ ਰੰਗ ਕਾਲੇ ਸਿਆਹ ਹੋ ਗਏ। ਅਸੀਂ ਇਹੋ ਜਿਹੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਰੰਗੇ ਜਿਹੜੇ ਮਹਾਂਪੁਰਖ, ਉਹਨਾਂ ਦੇ ਚਰਨ ਰਜ ਦੇ ਨਾਲ, ਆਪਣੇ ਚਰਨ ਧੂੜੀ ਦੇ ਨਾਲ ਆਪਣੇ ਪਾਪਾਂ ਨੂੰ ਧੋਂਦੇ ਹਾਂ। ਇੱਥੇ ਇਸ਼ਨਾਨ ਕੀਤੇ, ਸਾਡੇ ਪਾਪ ਲੈ ਗਏ, ਹੁਣ ਸਾਡੇ ਰੰਗ ਚਿੱਟੇ ਹੋ ਗਏ। ਉੱਥੇ ਗੁਰੂ ਜੀ ਨੇ ਇੱਕ ਥਾਂ ਦੱਸਿਆ ਨਾ, ਤੀਰਥ ਦੀ ਲੋਚ ਦੇ ਸੰਤਾਂ ਦੀ ਧੂੜੀ ਤਾਨੀ, ਤੀਰਥ ਦੀ ਲੋਚ ਦੇ ਸੰਤਾਂ ਦੀ ਧੂੜੀ ਤਾਨੀ, ਗੋਦਾਵਰੀ ਸ੍ਰਿਸ਼ਟੀ ਅਤੇ ਉਦਮ ਕਰੇ ਧੂੜ ਸਾਧੂ ਕੀ ਤਾਈ, ਕਿਲੋ ਇੱਕ ਮੈਲ ਭਰੇ ਪਰੇ ਹਮਰੇ ਵਿੱਚ, ਅਮਰੀ ਮੈਲ ਸਾਧੂ ਕੀ ਧੂੜ ਗਵਾਏ। ਸੋ ਤੀਰਥ ਮਹਾਂਪੁਰਖ ਦੀ ਧੂੜੀ ਨੂੰ ਚਾਹੁੰਦੇ ਹਨ। ਇਸੀ ਵਾਸਤੇ ਪਰੰਪਰਾ ਕੀਤੀ ਚਲਾਈ ਹੋਈ ਹੈ, 12 ਸਾਲ ਪਿੱਛੋਂ ਕੁੰਭ ਹੁੰਦੇ ਹਨ, 6 ਸਾਲ ਪਿੱਛੋਂ ਅਧਕੁੰਭੀਆਂ ਹੁੰਦੀਆਂ ਹਨ, ਅਲੈਦਾ ਅਲੈਦਾ ਤੀਰਥਾਂ ਦੀਆਂ। ਉਸ ਬਹਾਨੇ ਮਹਾਂਪੁਰਖ ਇਸ਼ਨਾਨ ਆਦਿ ਦੇ ਬਹਾਨੇ ਉਹਨਾਂ ਵਿੱਚ ਆਪਣੇ ਚਰਨ ਪਾਉਂਦੇ ਹਨ, ਉਹਨਾਂ ਦੇ ਪਾਪ ਲਾਉਂਦੇ ਇਤਿਆਦਿ। ਖੈਰ, ਖਿਆਲ ਕਰੋ, ਬਾਬਾ ਅਮਰਦਾਸ ਜੀ ਨਾਲ ਉਸ ਨੇ ਗੱਲਬਾਤ ਕੀਤੀ, ਉਹ ਨੂਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਪਰ ਗਲਤੀ ਨਾਲ ਆਪ ਜੀ ਤੋਂ ਪੰਜੀਰੀ ਵਗੈਰਾ ਲੈ ਕੇ ਖਾਂਦਾ ਰਿਹਾ ਹੈ। ਅੱਜ ਪਤਾ ਲੱਗਿਆ ਵੀ ਆਪ ਤਾਂ ਨੂਰੇ ਹਨ। ਬੜਾ ਘਬਰਾਇਆ, ਚਿੱਤ ਨੂੰ ਖੋਭ ਹੋਇਆ, ਉਸੀ ਵਕਤ ਕੁਛ ਘਬਰਾਹਟ ਵਿੱਚ ਝੁੰਝਲਾਇਆ, ਚਿਹਰਾ ਆਪ ਤੋਂ ਅਲੈਦਾ ਹੋ ਜਾਂਦਾ ਹੈ। ਉਸ ਦਾ ਗਹਿਰਾ ਅਸਰ ਆਪ ਜੀ ਦੇ ਨਰਮ ਦਿਲ 'ਤੇ ਹੋਇਆ। ਉਸ ਦਿਨ ਤੋਂ ਜ਼ਬਰਦਸਤ ਲਗਨ ਗੁਰੂ ਮਿਲਾਪ ਦੀ ਆਪ ਜੀ ਨੂੰ ਲੱਗੀ। ਦਿਨ ਰਾਹ ਇਸੀ ਲਗਨ ਵਿੱਚ ਬੀਤਦੀ ਹੈ। ਸੋ ਉਹ ਤਾਂ ਚਲਾ ਗਿਆ, ਆਪ ਜੀ ਨੂੰ ਦਿਨ ਰਾਤ ਇਹੀ ਖਿਆਲ ਰਹਿੰਦਾ ਹੈ, ਉਮਰ ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ ਹੈ, 60 ਸਾਲ ਦੀ ਆਯੂ ਹੋ ਗਈ ਹੈ, ਅਤੇ ਪਤਾ ਨਹੀਂ ਕੁਛ ਦਿਨ ਬਾਕੀ ਹਨ ਕਿ ਨਾ ਹਨ। ਅਗਰ ਨਿਗੁਰੇ ਪੁੱਛਦੇ ਸਰੀਰ ਦਾ ਅੰਤ ਹੋ ਗਿਆ, ਉਸਨੂੰ ਫਿਰ ਜਨਮ ਹੈ, ਮੁਕਤਾ ਉਹਦੀ ਕਿੱਥੇ ਹੋਣੀ ਹੈ, ਬਲਕਿ ਮਨੁੱਖ ਦੇ ਵੀ ਨਹੀਂ ਮਿਲਦੀ। ਇਤਿਹਾਸ ਸੋਚ ਸੋਚ ਕੇ ਬੜਾ ਚਿੱਤ ਨੂੰ ਘਬਰਾਹਟ ਪੈਦਾ ਹੋਇਆ ਕਰੇ। ਮੈਨੂੰ ਨਹੀਂ ਪਤਾ ਗੁਰੂ ਨੂੰ ਕਿੱਥੋਂ ਢੂੰਡਾ, ਕਿਹੋ ਜਿਹਾ ਗੁਰੂ ਹੁੰਦਾ, ਕੀ ਲੱਛਣ ਹੁੰਦੇ ਨੇ, ਕੁਛ ਪਤਾ ਨਹੀਂ। ਇਤਿਹਾਸ ਕਾਫੀ ਦਿਨ ਗੁਜ਼ਰ ਗਏ। ਇਸ ਲਗਨ ਦੇ ਵਿੱਚ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਨਾ ਖਾਣਾ ਚੰਗਾ ਲੱਗਦਾ, ਨਾ ਅੱਛੀ ਨੀਂਦ ਆਉਂਦੀ ਹੈ, ਨਾ ਕੋਈ ਹੋਰ ਵਸਤੂ ਚੰਗੀ ਲੱਗਦੀ ਹੈ। ਦਿਨ ਰਾਤ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਚੱਲਿਆ ਜਾ ਰਿਹਾ। ਜੇ ਠਾੜਦੇ ਦਿਨ ਗਰਮੀ ਦਾ ਮੌਸਮ, ਲੋਕ ਗਰਮੀ ਦੇ ਸਬਬ ਕੋਠਿਆਂ 'ਤੇ ਪੈਂਦੇ। ਅੱਜ ਆਪ ਜੀ ਨੇ ਵੀ ਆਪਣਾ ਖਾਟ, ਆਪਣਾ ਪੰਗੂੜਾ ਕੋਠੇ 'ਤੇ ਚੜਾ ਲਿਆ ਉਸ ਵਕਤ ਹੀ, ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾ ਰਿਹਾ। ਮਨ ਬਚਪਨ ਨੂੰ ਜਵਾਨੀ ਖਾ ਗਈ, ਜਾਣੇ ਨੂੰ ਬੁਢਾਪਾ, ਪਤਾ ਨਹੀਂ ਕਈ ਦਿਨ ਦੀ ਜ਼ਿੰਦਗੀ ਹੈ। ਨਗੁਰੇ ਦਾ ਜੇ ਸਰੀਰ ਅੰਤ ਹੋ ਗਿਆ ਤਾਂ ਮਨੁੱਖ ਦੇ ਵੀ ਨਹੀਂ ਮਿਲਦੀ ਹੁੰਦੀ, ਅਤੇ ਪਤਾ ਨਹੀਂ ਕਿਵੇਂ ਗੁਰੂ ਨੂੰ ਢੂੰਡਣਾ। ਇਤਿਹਾਸ ਖਿਆਲਾਤ ਆ ਕੇ ਮਨ ਵਿੱਚ ਬਹੁਤ ਘਬਰਾਹਟ ਪੈਦਾ ਹੋਇਆ ਕਰੇ। ਜਾਣਦਾ ਹੋਈਏ ਲਾਗੀ ਉਸ ਤੋਂ ਜਾਣੇ ਪੀਰ, ਰਾਮ ਭਗਤ ਅਣਿਆਲੇ ਪੀਰ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜ਼ਰੀਆ।
ਸਿਉਂ ਇਸੇ ਤਰ੍ਹਾਂ ਪਹਿਰ ਰਾਤ ਗੁਜ਼ਰ ਗਈ, ਅੱਧੀ ਰਾਤ ਗੁਜ਼ਰ ਗਈ, ਨੀਂਦ ਨਹੀਂ ਪਈ ਕਿਉਂਕਿ ਚਿੰਤਾ ਤਰ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਦੁਖੀ ਪੁਰਸ਼ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਰੋਗੀ ਨੂੰ ਨੀਂਦ ਨਹੀਂ ਆਉਂਦੀ ਹੁੰਦੀ, ਜਿਸਨੇ ਕਰਜ਼ਾ ਦੇਣਾ ਉਸਨੂੰ ਵੀ ਚੰਗੀ ਨੀਂਦ ਨਹੀਂ ਆਇਆ ਕਰਦੀ, ਜਿਸਦੇ ਘਰ ਵਾਰ ਪ੍ਰਾਪਤ ਕੰਨਿਆ ਅਜੇ ਵਰ ਨਾ ਮਿਲਿਆ ਉਹਨੂੰ ਵੀ ਚੰਗੀ ਨੀਂਦ, ਇਹੋ ਜਿਹੇ ਕਈ ਕਾਰਨਾਂ ਕਰਕੇ ਨੀਂਦ ਕਿਤੇ ਕਿਤੇ ਖੁਸ਼ੀ ਵਿੱਚ ਵੀ ਨੀਂਦ ਉੱਡ ਜਾਇਆ ਕਰਦੀ। ਆਪ ਜੀ ਨੂੰ ਪਿਛਲਾ ਪਹਿਰ ਰਾਤਰੀ ਦਾ ਹੋ ਆਇਆ, ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਉੱਠਣ ਦਾ, ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਨ ਦਾ ਸਮਾਂ ਹੈ। ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜਾਏ ਚਾਹੋ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨੂੰ। ਰਾਤ ਦੇ ਚੌਥੇ ਪਹਿਰ, ਦਿਨ ਰਾਤ ਦੇ ਅੱਠ ਪਹਿਰ ਹੁੰਦੇ ਹਨ, ਰਾਤ ਦਾ ਪਿਛਲਾ ਪਹਿਰ ਇਹਨੇ ਚੌਥਾ ਪਹਿਰ, ਵਾਹਿਗੁਰੂ ਦੇ ਪਿਆਰਿਆਂ ਦੇ ਚਿੱਤੇ ਸ਼ੌਕ ਜਾਗਦਾ ਹੈ। ਉਸ ਮੌਕੇ ਕਲਯੁਗ ਦੇ ਜੁਲੜ ਵਿੱਚ ਮੋਰੀਆਂ ਕਰਕੇ ਉੱਠਦੇ ਹਨ, ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਜੁੜਦੇ ਹਨ। ਉਸ ਵਕਤ ਦੇ ਧਿਆਨ ਯਾਨੀ ਸਿਮਰਨ ਔਰ ਇਸ਼ਨਾਨ ਦਾ ਫਲ ਗੁਰੂ ਜੀ ਇਉਂ ਦਰਸਾਉਂਦੇ ਹਨ। ਕਰ ਇਸ਼ਨਾਨ ਸਿਮਰ ਪਰਵੇ ਆਪਣਾ ਮਨ ਤਨ ਫੇ ਅਰੋਗਾ, ਕਰ ਇਸ਼ਨਾਨ ਸਿਮਰ ਪਰਵ ਮਨ ਤਨ ਫੇ ਅਰੋਗਾ ਜੀ, ਮਨ ਕਰਕੇ ਤਨ ਕਰਕੇ ਔਰ ਦੋਨਾਂ ਹਾਲਤਾਂ ਕਰਕੇ ਰੋਗੀ ਹੈ, ਬਿਮਾਰ ਹੈ, ਮਰੀਜ਼ ਹੈ। ਬਿਮਾਰ ਆਦਮੀ ਦੁਖੀ ਹੁੰਦਾ, ਸੁਖੀ ਨਹੀਂ ਹੋਇਆ ਕਰਦਾ, ਤਦੇ ਹੀ ਇਹ ਦੁਖੀ ਹੈ। ਸੋ ਇਹਨਾਂ ਦੋਨਾਂ ਦਾ ਇਲਾਜ ਗੁਰੂ ਜੀ ਇਕੱਠਾ ਹੀ ਦੱਸਦੇ ਹਨ, ਕਰ ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭਏ ਅਰੋਗਾ। ਉਸ ਵਕਤ ਉੱਠ ਕੇ ਅੱਛੀ ਤਰ੍ਹਾਂ ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰ, ਇਸ਼ਨਾਨ ਤੋਂ ਬਾਅਦ ਸਿਮਰਨ ਕਰ ਬਿਰਤੀ, ਸਿਮਰਨ ਵਿੱਚ ਜੋੜ, ਭਜਨ ਵਿੱਚ ਜੋੜ, ਫਲ ਕੀ ਹੋਏਗਾ, ਮਨ ਔਰ ਤਨ ਦੋਨਾਂ ਨੂੰ ਅਰੋਗਤਾ ਮਿਲੇਗੀ, ਮਨ ਨੂੰ ਸ਼ਾਂਤੀ ਮਿਲੇਗੀ, ਤਨ ਨੂੰ ਅਰੋਗਤਾ ਮਿਲੇਗੀ। ਇਹੀ ਨਹੀਂ ਅੱਗੇ ਦੱਸਦੇ ਹਨ, ਕੋਟ ਵਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ, ਇਉਂ ਕਰਨ ਕਰਕੇ ਪ੍ਰਭੂ ਦੀ ਸ਼ਰਨ ਗਿਰਨ ਕਰਕੇ ਕਰੋੜਾਂ ਹੀ ਵਿਘਨ ਦੂਰ ਹੋਣਗੇ ਵਿਹਾਰ ਪਰਮਾਰਥ ਦੇ, ਅੱਗੇ ਵਾਸਤੇ ਇਨਸਾਨ ਦੀ ਕਿਸਮਤ ਚੰਗੀ ਹੋਵੇਗੀ, ਇਹਦਾ ਇਹ ਫਲ ਹੋਵੇਗਾ। ਸੋ ਉਹ ਵਕਤ ਹੋ ਆਇਆ, ਬੀਬੀ ਅਮਰੋ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ, ਜਿੱਥੇ
ਸੇਵਾ ਭਜਨ ਦਾ ਅਧਿਕਾਰ ਆਦਮੀਆਂ ਨੂੰ ਹੈ, ਉੱਥੇ ਬੀਬੀਆਂ ਨੂੰ ਵੀ। ਕਈ ਲੋਕ ਕਹਿੰਦੇ ਨੇ, ਕਈ ਮਤ ਮਤਾਂਤਰਾਂ ਦਾ ਖਿਆਲ ਹੈ ਬਈ ਜਨਾਨੀਆਂ ਦਾ ਲੜਕੀਆਂ ਦਾ ਕਲਿਆਣ ਨਹੀਂ ਹੁੰਦੀ, ਅਗਲਾ ਜਨਮ ਮਾਨੁਖ ਦਾ ਮਿਲੂ ਫਿਰ ਕਲਿਆਣ ਹੋਏਗੀ। ਲੇਕਿਨ ਇਹ ਖਿਆਲ ਗਲਤ ਹੈ। ਕਲਿਆਣ ਮੁਕਤ ਬ੍ਰਹਮ ਗਿਆਨ ਸੇ ਹੈ। ਬ੍ਰਹਮ ਗਿਆਨ ਹਮੇਸ਼ਾ ਬੁੱਧ ਨੂੰ ਹੋਣਾ ਹੈ। ਬੁੱਧ ਜਿੱਥੇ ਇਨਸਾਨ ਨੂੰ, ਇਹਨਾਂ ਨੂੰ ਵੀ ਹੈ। ਜਿੱਥੇ ਐਡਮਿਨਿਸਟਰ ਵੀ ਹਨ, ਮੈਜਿਸਟਰੇਟ ਵੀ ਹਨ, ਡੀਸੀ ਵੀ ਹਨ, ਹੋਰ ਕੀ ਬ੍ਰਹਮ ਗਿਆਨ ਹੀ ਨਹੀਂ ਹੁੰਦਾ? ਬ੍ਰਹਮ ਗਿਆਨ ਤਾਂ ਯੁਗਾਂ ਯੁਗੰਤਰਾਂ ਤੋਂ ਚੱਲੇ ਆ ਰਹੇ ਇਹਨਾਂ ਨੂੰ। ਰਾਣੀ ਚੁੜਾਲਾਂ ਵਰਗੀਆਂ ਬ੍ਰਹਮ ਗਿਆਨਣਾਂ ਹੋਈਆਂ ਹਨ। ਗਾਰਗੀ ਐਸੀਆਂ ਜਿਹਨਾਂ ਤੋਂ ਬੜੇ ਬੜੇ ਉਪਦੇਸ਼ ਲੈਂਦੇ, ਹੋਰ ਬੇਅੰਤ ਗੁਰੂ ਘਰ ਦੇ ਵਿੱਚ ਮਾਈ ਭਾਗੋ ਵਰਗੀਆਂ ਅਵਧੂਤ ਅਵਸਥਾ ਵਾਲੀਆਂ ਬ੍ਰਹਮ ਗਿਆਨਣਾਂ। ਸੋ ਇਸ ਕਰਕੇ ਭਗਤੀ ਗਿਆਨ ਹਰ ਇੱਕ ਦਾ ਅਧਿਕਾਰ ਹੈ। ਸੋ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਆਪ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਯਾਨੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਰੋਜ਼ ਪਿਛਲੇ ਪੈਰ ਉੱਠ ਕੇ ਇਸ਼ਨਾਨ ਆਦਿ ਕਰਕੇ ਉਸਨੇ ਪਹਿਲੇ ਕੁਛ ਦੇਰ ਚੁੱਪ ਚਾਪ ਸਿਮਰਨ ਅਭਿਆਸ, ਅਜਪਾ ਜਪ ਜਪਣਾ, ਉਸ ਤੋਂ ਬਾਅਦ ਘਰ ਦਾ ਕੰਮ ਦੁੱਧ ਆਦਿ ਰਿੜਕਣਾ ਸ਼ੁਰੂ ਕਰਨਾ, ਔਰ ਅੰਮ੍ਰਿਤ ਵੇਲ ਦੀ ਬਾਣੀ ਪੜ੍ਹਨੀ ਸ਼ੁਰੂ ਕਰਨਾ। ਇਉਂ ਅੱਜ ਵੀ ਉਸਨੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਚਪਾਤੇ ਸਿਮਰਨ। ਸਿਮਰਨ ਦੋ ਕਿਸਮ ਦਾ, ਇੱਕ ਜਾਪ ਹੁੰਦਾ, ਇੱਕ ਜਪਾ ਹੁੰਦਾ। ਸਾਸਨ ਜਾਪ ਜ਼ਬਾਨ ਹਿਲਾ ਕੇ ਕੀਤਾ ਜਾਵੇ ਉਹਨੂੰ ਜਾਪ ਕਹਿੰਦੇ ਹਨ। ਜਿੱਥੇ ਜ਼ਬਾਨ ਨਾ ਹਿੱਲੇ, ਖਿਆਲ ਹੀ ਕੰਮ ਕਰੇ, ਉਹਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਜ। ਇਸ ਦੇ ਬਹੁਤ ਸਾਰੇ ਤਰੀਕੇ ਹਨ। ਸਵਾਸ ਪ੍ਰਾਸ ਵੀ ਅਜੱਪਾ ਹੁੰਦਾ ਹੈ, ਮਹਾਂ ਬਾਣੀ ਵਿੱਚ ਵੀ ਹੁੰਦਾ, ਪਸੰਤੀ 'ਚ ਵੀ ਹੁੰਦਾ, ਪਰਾਵਾਣੀ 'ਚ ਵੀ ਹੁੰਦਾ, ਤ੍ਰਿਕਟ 'ਚ ਵੀ ਹੁੰਦਾ, ਦਸਵੇਂ ਪਾਠ 'ਚ ਵੀ ਹੁੰਦਾ। ਯਾਨੀ ਅਜੱਪਾ ਦੇ ਰੋਮ ਰੋਮ ਵਿੱਚੋਂ ਵੀ ਨਾਮ ਦੀ ਧੁਨੀ ਆਉਂਦੇ ਅਭਿਆਸ। ਜੈਸੀ ਜੈਸੀ ਉਸ ਦਾ ਕਿਸੇ ਨੇ ਪਰਫੈਕਟ ਕਰ ਲਈ ਹੈ ਮਹਾਂਪੁਰਖ ਦੇ ਇਸ਼ਾਰੇ ਦੇ ਮੁਤਾਬਕ, ਵੈਸਾ ਉਸਦਾ ਅਜੱਪਾ ਸ਼ੁਰੂ ਹੋ ਜਾਂਦਾ ਹੈ। ਕਦੇ ਵੀ ਨਹੀਂ ਵਿਸਰਦਾ ਹੋ ਰਿਹਾ। ਅੱਠੇ ਪੈਰ ਚੌਂਟ ਘੜੀ ਨਾਮ ਦੀ ਅਵਸਥਾ ਦੀ ਬਾਬਤ ਇਹ ਦੱਸਿਆ, ਨੌਨੀ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸਰਾਮ। ਨੌਨੀ ਦੀਆਂ ਦਾ ਦਾਤਾ ਪ੍ਰਭੂ ਦਾ ਨਾਮ, ਇਹਦਾ ਵਿਸਰਾਮ ਸਰੀਰ ਹਰ ਇੱਕ ਸਰੀਰ ਵਿੱਚ ਹੈ। ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇਹਦਾ ਨਿਵਾਸ ਹੈ, ਪਰ ਸੁਣ ਨਹੀਂ ਸਕੀ। ਸੋ ਆਇਓ ਪਹਿਲੇ ਕੁਛ ਦੇਰ ਸਿਮਰਨ ਕੀਤਾ ਬੀਬੀ ਅਮਰੋ ਨੇ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪਿੰਡਾਂ ਦੇ ਵਿੱਚ ਦੁੱਧ ਆਦਿ ਰਿੜਕਣਾ ਜ਼ਰੂਰੀ ਹੁੰਦਾ ਹੈ। ਦੁੱਧ ਰਿੜਕਣਾ ਸ਼ੁਰੂ ਕੀਤਾ, ਅੰਮ੍ਰਿਤ ਵੇਲ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਸਦਾ ਪਾਠ ਵੀ ਨਾਲ ਨਾਲ ਸ਼ੁਰੂ ਕਰ ਦਿੱਤਾ। ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਜਨ ਕਰਨ ਵਾਲੇ ਕੁਛ ਇਕਾਂਤ ਬੈਠ ਕੇ ਲਿਵ ਲਾਉਂਦੇ ਹਨ, ਕੁਛ ਸੰਗਤ ਸੰਗਤ ਵਿੱਚ ਜੁੜ ਕੇ, ਇਹ ਵੀ ਭਜਨ ਹੈ, ਇਕਾਂਤ ਬੈਠ ਕੇ ਵੀ ਹੈ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਹੋ ਸਕਦਾ, ਬਸ਼ਰਤੇ ਕਿ ਕੰਮ ਦਿਮਾਗੀ ਨਾ ਹੋਵੇ, ਖਿਆਲ ਦਾ ਨਾ ਹੋਵੇ, ਤੁਰਦੇ ਫਿਰਦੇ ਹੋਰ ਹੱਥੀਂ ਕੰਮਕਾਰ ਕਰਨਾ। ਦਿਮਾਗੀ ਕੰਮ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਸਮਾਂ ਮਿਲਦਾ ਰਹੇ, ਜਿਹੜੇ ਪ੍ਰੇਮੀ ਹਨ ਉਸਨੂੰ ਸੰਭਾਲ ਸਕਦੇ ਹੈ। ਸੰਯੋਗ ਕਰਕੇ ਹੱਥੀਂ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਔਰ ਅੰਮ੍ਰਿਤਵੇਲ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਹਦਾ ਵੀ ਜ਼ਮਾਨ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਟਿਕਟਕਾ ਦਾ ਸਮਾਂ ਸੀ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ, ਗੁਰੂ ਮਿਲਾਪ ਦੀ ਲਗਨ ਦੇ ਵਿੱਚ ਉਹਨਾਂ ਦਾ ਚਿੱਤ ਤੜਪ ਰਿਹਾ ਸੀ। ਸੋ ਬੀਬੀ ਨੇ ਪਹਿਲਾਂ ਹੀ ਸਲੋਕ ਆਇਆ ਆਸਾ ਜੀ ਦੀ ਵਾਰ ਦਾ, ਉਹਦੀ ਆਵਾਜ਼ ਨੂੰ ਆਪ ਜੀ ਦੇ ਕੰਨ ਵਿੱਚ ਪੈਂਦੀ ਹੈ। ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਆ
ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ, ਪਰ ਇਹ ਤਾਂ ਬੜੀ ਸੁਖੈਨ ਹੈ। ਜਿਹਦਾ ਮਤਲਬ ਗੁਰੂ ਤੋਂ ਬਲਿਹਾਰੀ ਜਾਵਾਂ, ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ ਜੀ? ਜਿਸਨੇ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ। ਮਨੁੱਖਾਂ ਵਿੱਚ ਪਸ਼ੂ ਵੀ ਹਨ, ਪ੍ਰੇਤ ਵੀ ਹਨ। ਜਿਹੀ ਜੀ ਕਿਸੇ ਦੀ ਬਿਰਤੀ, ਜਿਹੇ ਜੇ ਖਿਆਲਾਤ, ਕਰਤੱਵ, ਵੈਸਾ ਹੀ ਉਸਨੂੰ ਦਰਜਾ ਮਿਲਦਾ ਹੈ। ਜਿਹੜੇ ਖਾਣ ਪੀਣ ਤੱਕ ਹੀ ਮਹਿਦੂਦ ਹਨ, ਭਾਵੇਂ ਕੁਛ ਵੀ ਹੈ, ਕਿਸੇ ਦਾ ਹੱਕ ਮਾਰ ਲਿਆ, ਕੁਛ ਕਰ ਲਿਆ, ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੱਤਾ। ਜਿਨ੍ਹਾਂ ਦੀ ਛਲੀਆ ਬਿਰਤੀ ਹੈ ਉਹਨੂੰ ਪ੍ਰੇਤ ਸੁਭਾਅ ਹੈ, ਜਿਨ੍ਹਾਂ ਦਾ ਪ੍ਰਧਾਨ ਉਹਨੂੰ ਪ੍ਰੇਤ ਕਿਹਾ ਜਾਂਦਾ, ਪਸ਼ੂ ਪ੍ਰੇਤ। ਇਸੇ ਤਰ੍ਹਾਂ ਜਿਨ੍ਹਾਂ ਦੇ ਦੈਵੀ ਸੁਭਾਅ ਪ੍ਰਧਾਨ ਹਨ, ਦੇਵਤਿਆਂ ਵਾਲੇ, ਉਹਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਵਿੱਚ। ਗੁਰੂ ਸ਼ਰਨ ਵਿੱਚ ਆ ਕੇ ਦੇਵਤਾ ਸੁਭਾਅ ਪ੍ਰਾਪਤ ਹੁੰਦਾ ਹੈ। ਅਸਲੀ ਸੁਭਾਅ ਇਸ ਦਾ ਦੈਵੀ ਸੁਭਾਅ ਵੀ ਹੈ, ਦੂਸਰੇ ਓਪਰੇ ਸੁਭਾਅ ਕਾਰ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ। ਸਰੀਰ ਦੇ ਚੰਦ ਦਿਨ ਜਿਹੜਾ ਇਸਨੂੰ ਮਿਲਿਆ, ਉਸ ਦੀ ਕਾਰ ਸਿੱਧੀ ਵਾਸਤੇ ਓਪਰੇ ਸੁਭਾਅ ਇਸਨੂੰ, ਅਸਲੀ ਸੁਭਾਅ ਇਸਦਾ ਜੀਵ ਦਾ ਦੇਵਤਾ ਸੁਭਾਅ ਵੀ। ਸਿਉਂ ਕਰਕੇ ਇਹੋ ਜਿਹੇ ਗੁਰੂ ਤੋਂ 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਣਾ ਬਹੁਤ ਥੋੜ੍ਹਾ ਹੈ। ਫਿਰ ਅੱਗੇ, ਜੇ ਸੋਚਣ ਦਾ ਉਗਵੈ ਸੂਰਜ ਚੜ੍ਹੇ ਹਜ਼ਾਰੇ ਤੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਅੰਧਾਰਾ। ਪਿਆਰੇ ਗੁਰਬਿੰਦ ਕੌਰ ਅੰਧੇਰਾ, ਚੰਦ ਭਾਵੇਂ ਸੋ ਚੜ ਜਾਏ, ਗੁਰਬਿੰਦ ਕੌਰ ਸੂਰਜ ਚੜ੍ਹੇ ਹਜ਼ਾਰ ਇਹਤੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਅੰਧਾ। ਮਨ ਦੇ ਅੰਦਰ ਇੱਕ ਅੰਧੇਰਾ ਹੈ, ਇਸਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ, ਸਾਰੇ ਦੁੱਖਾਂ ਦਾ ਮੂਲ। ਜਿਸਦੀ ਵਾਪਤੀ ਨੂੰ ਦੱਸਿਆ, ਅੰਧਕਾਰ ਸੁਖਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ। ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ, ਦੋਵੇਂ ਦੁਖੀ ਹਨ। ਘੁੱਪ ਹਨੇਰਾ ਹੋਵੇ, ਕਾਨੂੰਨ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ। ਘੁੱਪ ਅੰਧੇਰਾ ਹੋਵੇ, ਹੋਰ ਘਣਾ ਜੰਗਲ ਹੋਵੇ, ਹੱਥ ਮਾਰਿਆ ਦੀਂਦਾ ਨਾ ਹੋਵੇ, ਭਾਵੇਂ ਉੱਥੇ ਗਰੀਬ ਚਲੇ ਗਿਆ ਭਾਵੇਂ ਬਾਦਸ਼ਾਹ ਚਲੇ ਗਿਆ, ਦੋਵੇਂ ਦੁਖੀ ਹੋਣਗੇ। ਇਸੇ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਰੂਪੀ ਅੰਧੇਰਾ ਹੈ, ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ। ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ, ਉਸਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰੱਥ ਹੈ। ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ। ਵਰਨਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਆਸਮਾਨ ਵਿੱਚ 100 ਚੰਦਰਮਾ, 1000 ਸੂਰਜ ਇੱਕ ਲਖਤ ਚੜ੍ਹ ਜਾਵੇ, ਇਤਨੀ ਰੋਸ਼ਨੀ ਹੋ ਜਾਏ। ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ। ਤਾਂ ਗੁਰੂ ਦੀ ਕਿਤਨੀ ਮਹਿਮਾ ਹੋਈ, ਇਹ ਬਚਨ
ਬਾਬਾ ਅਮਰਦਾਸ ਜੀ ਦੇ ਕੰਨ ਵਿੱਚ ਕੋਠੇ ਅਤੇ ਪਹਿਲਾਂ ਪਏ ਸਨ, ਨੀਂਦ ਨਹੀਂ ਸੀ ਆਈ, ਜਦੋਂ ਚਿੰਤਾ ਭਾਵੇਂ ਪਿਆ ਭਾਵੇਂ ਬੈਠਾ, ਨੀਂਦ ਕਿੱਥੇ ਆਉਂਦੀ ਹੈ? ਸੋ ਫਿਰ ਉੱਠ ਕੇ ਬੈਠ ਜਾਂਦੇ ਹਨ, ਕੰਨ ਵਿੱਚ ਇਹ ਆਵਾਜ਼ ਪੈਣ ਲੱਗੀ, ਕੰਨ ਦੇ ਡੂਨਿਆਂ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਨ ਲੱਗ ਪਏ। ਹੈਰਾਨ ਹੋ ਰਹੇ ਹਨ ਕਿਉਂਕਿ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਈ ਕਰਦੀ ਹੈ। ਉਹਨਾਂ ਨੂੰ ਗੁਰੂ ਮਿਲਾਪ ਦੇ ਵਾਸਤੇ ਤੜਪ ਸੀ, ਉਹ ਜਿਹੇ ਬਚਨ ਇਹਨਾਂ ਨੂੰ ਬਹੁਤੇ ਚੰਗੇ ਔਰ ਅੱਛੀ ਤਰ੍ਹਾਂ ਸਮਝ ਆਉਂਦੇ ਹਨ। ਹੈਰਾਨ ਹੋ ਰਹੇ ਹਨ ਵੀ ਸਾਡੇ ਘਰੋਂ ਆਵਾਜ਼ ਆ ਰਹੀ ਹੈ, ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ, ਕਿਸ ਦੇ ਬਚਨ ਹਨ। ਹੈਰਾਨ ਹੋ ਰਹੇ ਹਨ, ਹੈਰਾਨੀ ਦੀ ਹੱਦ ਨਹੀਂ। ਅੱਗੇ ਜਿਉਂ ਜਿਉਂ ਪਾਠ ਹੋ ਰਿਹਾ ਹੈ ਸ੍ਰੀ ਆਸਾ ਜੀ ਦੀ ਵਾਰ ਦਾ, ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਹਨ ਆਪ ਜੀ ਨੂੰ ਅੱਛੀ ਤਰ੍ਹਾਂ ਨਿਖਰਵੇਂ ਸਮਝ ਆਉਂਦੇ ਹਨ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਨਾਲ ਹੈ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ। ਪਰ ਇਤਨਾ ਨਜ਼ਦੀਕ ਤਰ ਹੋਣ ਦੇ ਬਾਵਜੂਦ ਵੀ ਉਸਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਸਤਿਗੁਰੂ ਵਿੱਚ ਆਪ ਰੱਖੇ ਨੂੰ ਗੁਰੂ ਨੇ ਉਸਨੂੰ ਸਹੀ ਕੀਤਾ, ਪ੍ਰਗਟ ਕੀਤਾ ਹੈ, ਕਰ ਪ੍ਰਗਟ ਆਖ ਸੁਣਾਇਆ, ਹਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਇਹ ਵਚਨ ਵੀ ਇਹੋ ਜਿਹੇ ਅੱਛੀ ਤਰ੍ਹਾਂ ਸਮਝ ਆ ਰਹੇ ਹਨ। ਇਸੀ ਤਰ੍ਹਾਂ ਬਾਰਵਾਂ ਸਲੋਕ ਆ ਜਾਂਦਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਫਿਰ ਮਨ ਜਿਹੜਾ ਹੈ, ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਹੇ ਰਾਮ ਜੀ, ਵਸ਼ਿਸ਼ਟ ਜੀ ਕਹਿੰਦੇ ਹਨ, ਤਮਾਮ ਉਪਦਰੋਂ ਕੇ ਦੇਣੇ ਵਾਲਾ ਇਹ ਮਨ ਹੈ। ਜਿਤਨੀ ਦੇਰ ਤੱਕ ਇਸ ਮਨ ਨੂੰ ਜੈ ਨਹੀਂ ਕਰਦਾ, ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾਂ ਕਿਸੇ ਨੇ ਜੈ ਕੀਤਾ ਨਹੀਂ, ਹੋਰ ਕੋਈ ਉਪਾਅ ਨਹੀਂ ਇਸ ਮਨ ਨੂੰ ਜਿੱਤਣ ਵਾਸਤੇ। ਅਤੇ ਇਸ ਵਾਸਤੇ ਦੱਸਦੇ ਹਨ, ਕੁੰਭੇ ਬੱਧਾ ਜਲ ਰਹੇ, ਮਨ ਪੰਛੀ ਤਬਲਗ ਉਡੇ ਜਬਲਗ ਵਿਸ਼ੇ ਵਾਸ਼ਨਾਮਾ, ਗਿਆਨਬਾਜ਼ ਕੀ ਚਪਟਵੇਂ ਜਬਲਗ ਆਇਓ ਨਾ। ਪਹਿਲੇ ਸਮਿਆਂ ਵਿੱਚ ਲੋਕ ਬਾਜ਼ ਰੱਖਦੇ ਸਨ, ਜਾਨਵਰਾਂ ਦਾ ਸ਼ਿਕਾਰ ਕਰਦੇ ਸਨ, ਜਾਨਵਰ ਦੇ ਪਿੱਛੇ ਬਾਜ਼ ਨੂੰ ਛੱਡ ਦੇਣਾ, ਬਾਜ਼ ਨੇ ਜਾਨਵਰ ਨੂੰ ਬੜੇ ਪੰਜਿਆਂ 'ਚ ਪਕੜ ਕੇ ਲੈ ਆਉਣਾ। ਇਸੀ ਤਰ੍ਹਾਂ ਮਨ ਨੂੰ ਇੱਕ ਪੰਛੀ ਦੀ ਨਿਆਂ ਦੱਸਿਆ ਹੈ, ਮਨ ਪੰਛੀ ਦੀਆਂ ਉਡਾਰੀਆਂ ਉੱਨੀ ਦੇਰ ਤੱਕ ਹਨ, ਮਨ ਪੰਛੀ ਤਬ ਲੱਗ ਉਡੇ ਉੱਨੀ ਦੇਰ ਤੱਕ ਇਹਦੀਆਂ ਉਡਾਰੀਆਂ ਹਨ, ਜਬਲਗ ਵਿਸ਼ੇ ਵਾਸ਼ਨਾਵਾਂ, ਜਿੰਨੀ ਦੇਰ ਤੱਕ ਵਿਸ਼ੇ ਵਾਸ਼ਨਾ ਵਿੱਚ ਹੈ, ਗਿਆਨਬਾਜ਼ ਕੀ ਚਪਟਵੇਂ ਜਬਲਗ ਆਇਓ ਨਾ, ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ਼ ਦੇ ਚਪੱਟੇ ਵਿੱਚ ਆ ਨਹੀਂ ਗਿਆ, ਉੱਨੀ ਦੇਰ ਤੱਕ ਮਨ ਰੂਪੀ ਪੰਛੀ ਦੀਆਂ ਉਡਾਰੀਆਂ ਹਨ। ਜਦੋਂ ਬ੍ਰਹਮ ਗਿਆਨ ਦੇ ਚਪੱਟੇ ਵਿੱਚ ਆ ਗਏ, ਇਹਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ ਹਨ, ਪਰ ਗਿਆਨ ਕਿੱਥੋਂ ਮਿਲੇ ਇਹੋ ਜਿਹਾ? ਉਹ ਗਿਆਨ ਗੁਰੂ ਬਿਨਾਂ ਮਿਲਦਾ ਨਹੀਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ। ਜਲ ਬਿਨ ਕੁੰਭ ਨਾ ਹੋਏ, ਪਾਣੀ ਘੜੇ ਤੋਂ ਬਿਨਾਂ ਰਹਿ ਨਹੀਂ ਸਕਦਾ।
ਇਸੇ ਤਰ੍ਹਾਂ ਮਨ ਗਿਆਨ ਤੋਂ ਬਿਨਾਂ ਨਹੀਂ ਕਾਬੂ ਆਉਂਦਾ, ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ ਹੈ। ਇਹੋ ਜਿਹੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਾਂਦੇ ਨੇ ਬਾਬਾ ਜੀ ਦੇ। ਇਸੇ ਤਰ੍ਹਾਂ ਹੈਰਾਨ ਹੋ ਰਹੇ ਹਨ ਵੀ ਮੇਰੇ ਖਿਆਲਾਂ ਦੀ ਪੁਸ਼ਟੀ ਹੋ ਰਹੀ ਹੈ। ਹੌਲੀ ਹੌਲੀ ਅੱਗੇ ਜਾ ਕੇ ਹੋਰ ਬਚਨ ਆਉਂਦਾ ਜਿਸ ਦੇ ਵਿੱਚ ਅਤਿਅੰਤ ਗੁਰੂ ਦੀ ਮਿਹਰ ਜਿਸ 'ਤੇ ਹੋ ਗਈ ਉਹਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਹਨ। ਇਉਂ ਆਉਂਦਾ ਵਿੱਚ ਮਾਰ ਕੱਢੀਆਂ ਬੁਰੀਆਂ ਗੁਰਾਂ ਨੇ ਸਿਰ ਤੇ ਹੱਥ ਰੱਖਿਆ, ਮਾਰ ਕੱਢੀਆਂ ਬੁਰੀਆਂ ਗੁਰਾਂ ਨੇ ਸਿਰ ਤੇ ਹੱਥ ਰੱਖਿਆ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ੋ ਮੇਲੇ ਤਾਂ ਨਜ਼ਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ, ਘਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ੋ ਤੁੱਠੇ ਨੌ ਨੇ ਪਾਈਆਂ। ਬੁਰਿਆਈਆਂ ਇਨਸਾਨ ਨੂੰ ਬਹੁਤ ਖੁਆਰ ਕਰਦੀਆਂ, ਇਨਸਾਨ ਦੀ ਦੁਰਦਿਸ਼ਾ ਕਰਾਉਂਦੀਆਂ। ਇੱਥੇ ਉੱਥੇ ਦੋਨੀ ਥਾਈਂ ਜੂਆ ਖੇਡਿਆ ਰਾਜੇ ਨਲ ਨੇ, ਕੀ ਦੁਰਦਿਸ਼ਾ ਹੋਈ, ਕਿਵੇਂ ਦਰਬਦਰ ਰੁਲਦਾ ਫਿਰਦਾ, ਰਾਜ ਭਾਗ ਛੱਡ ਗਏ। ਜੂਆ ਖੇਡਿਆ ਯੁਧਿਸ਼ਟਰ ਨੇ, ਕੀ ਹਾਲਤ ਹੋਈ, ਸਭ ਦੁਨੀਆ ਜਾਣਦੀ ਹੈ ਇਹਨਾਂ ਨੇ ਬੁਰਾਈਆਂ। ਇੱਕ ਇੱਕ ਬੁਰਾਈ ਦਾ ਮੈਂ ਮੁਖਸਰ ਤੌਰ 'ਤੇ ਅਰਜ਼ ਕਰਦਾ। ਫਿਰ ਸ਼ਰਾਬ ਪੀਤੀ, 55 ਕਰੋੜ ਜਾਦੋ ਲੜਕੇ ਮਰ ਗਿਆ ਆਪਸ ਵਿੱਚ, ਕੀ ਹਾਲਤ ਹੋਈ। ਇਸੇ ਤਰ੍ਹਾਂ ਸੀਤਾ ਨੂੰ ਚਾਰਾ ਰਾਵਣ ਨੇ, ਕੀ ਹਾਲਤ ਹੋਈ, 1,00,000 ਪੂਤ 1,25,000 ਨਾਤੀ ਤੈਂ ਰਾਵਣ ਘਰ ਦੀਆ ਨਾ ਬਾਤ। ਸੋ ਇਕੱਲੀ ਇਕੱਲੀ ਗੱਲ ਜੇ ਸਾਰੀਆਂ ਜਿਸ ਇਨਸਾਨ ਵਿੱਚ ਹੋਣ ਉਹਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੋਇਆ ਕਰਦੀ। ਅੱਗੇ ਤਾਂ ਜੋ ਕੁਛ ਉਹ ਵੀ ਹੋਣਾ ਹੈ, ਅੱਗੇ ਵੀ ਫਲ ਮਿਲਦਾ ਹੈ, ਲੋਹੀ ਥਾਨੀ। ਸੋ ਇੱਥੇ ਜਿਸ ਦੇ ਵਿੱਚ ਤਕਰੀਬਨ ਇਹੋ ਜਿਹੀ ਸਾਰੀਆਂ ਬੁਰਾਈਆਂ ਹੋਣ, ਸੋ ਸਾਧ ਸਿੰਘ ਉਹਦੀ ਜ਼ਿੰਦਗੀ ਸੁਖਦਾਈ ਕੈਸੇ ਹੋ ਸਕਦੀ ਹੈ, ਜਦੋਂ ਇਕੱਲਾ ਇਕੱਲਾ ਨੁਕਸ, ਇਕੱਲੀ ਇਕੱਲੀ ਬੁਰਾਈ ਨੇ ਕਿੰਨੀ ਕਿੰਨੀ ਇਨਸਾਨ ਦੀ ਬੁਰੀ ਹਾਲਤ ਕੀਤੀ ਹੈ। ਤਾਂ ਤਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਖਾਸ ਕਿਰਪਾ ਹੋ ਗਈ ਕਿਸੇ 'ਤੇ, ਸਿਰ 'ਤੇ ਹੱਥ, ਯਾਨੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਬੁਰਾਈਆਂ ਅੰਦਰੋਂ ਦੂਰ ਕਰ ਦਿੱਤੀਆਂ। ਮਨ ਦੇ ਵਿੱਚ ਬੁਰਾਈ ਫੁਰੇ ਹੀ ਨਾ, ਗੁਰੂ ਦੀ ਕਿਰਪਾ ਹੋ, ਜਦੋਂ ਮਨ 'ਚ ਹੀ ਨਾ ਬੁਰਾਈ ਫੁਰੇਗੀ, ਸਰੀਰ ਕੈਸੇ ਕਰਕੇ ਕੈਸੇ ਬੁਰਾਈ ਹੋਵੇਗੀ। ਤਾਂ ਤਾਂ ਕਿਤਨੀ ਬੜੀ ਕਿਰਪਾ ਹੈ। ਸੋ ਇਤਿਹਾਸ ਇਹ ਗੱਲਾਂ ਅੱਛੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹੈ। ਬਾਬਾ ਅਮਰਦਾਸ ਦੇ ਹੈਰਾਨੀ ਦੀ ਵੀ ਹੱਦ ਨਾ ਰਹੀ। ਹੌਲੀ ਹੌਲੀ ਪਾਠ ਹੋ ਰਿਹਾ ਹੈ, ਜੇਠਾਠ ਦੀਆਂ ਰਾਤਾਂ ਛੋਟੀਆਂ, ਦਿਨ ਵੱਡੇ ਹੁੰਦੇ ਹਨ। ਸੋ ਚਾਹੇ ਭਾਵੇਂ ਫੁਟਾਲਾ ਹੋ ਗਿਆ, ਚੜ੍ਹਦੀ ਵੱਲੋਂ ਇੱਕ ਚਿੜੀ ਚੌਕਣੀ ਸ਼ੁਰੂ ਹੁੰਦੀ, ਚਿੜੀ ਚੌਕੀ ਭਾ ਫੁੱਟੀ ਵਗਣ ਬਹੁਤ ਤਰੰਗ, ਤਾਂ ਚੜ੍ਹ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ, ਉਹਦੀ ਆਵਾਜ਼ ਆਉਣ ਲੱਗ ਪਈ, ਉਹਦੀ ਆਵਾਜ਼ ਬਾਣੀ ਦੇ ਆਨੰਦ ਨੂੰ ਦੂਰ ਕਰਨ ਲੱਗ ਪਈ। ਹੌਲੀ ਹੌਲੀ ਪੌੜੀ ਥਾਈ ਨੀਚੇ ਉੱਤਰ ਕੇ ਭੁੱਲੇ ਖੜ ਕੇ ਸੁਣਨ ਲੱਗ ਪਏ। ਖੈਰ ਸਾਹਮਣੇ ਕਿਉਂ ਨਾ ਹੋਏ, ਬੀਬੀ ਪਰਦਾ ਕਰੇਗੀ ਸ਼ਾਇਦ, ਜੋ ਕੁਛ ਪੜ੍ਹ ਰਹੀ ਹੈ ਇਹ ਅੰਮ੍ਰਿਤ ਮੈਨੂੰ ਨਾ ਪ੍ਰਾਪਤ ਹੋ, ਜੇ ਚੁੱਪ ਹੋ ਗਈ ਤਾਂ। ਇਸ ਵਾਸਤੇ ਉਹ ਲਿਖੜ ਕੇ ਸੁਣਦੇ ਰਹੇ। ਇਤਨੇ ਨੂੰ ਦਿਨ ਚੜ੍ਹ ਗਿਆ, ਮੂੰਹ ਨੂੰ ਮੂੰਹ ਦਿਸਣ, ਦੁੱਧ ਵੀ ਰਿੜਕਿਆ ਗਿਆ, ਅਰਸਾ ਜੀ ਦੀਵਾਰ ਦਾ ਪਾਠ ਵੀ ਪੂਰਾ ਹੋ ਗਿਆ। ਸਾਹਮਣੇ ਹੋਏ ਪੁੱਛਣ ਲੱਗੇ, ਬੇਟਾ ਇਹ ਇਸ ਬਜ਼ੁਰਗ ਦਾ ਕਲਾਮ ਤੂੰ ਸਵੇਰ ਤੋਂ ਪੜ੍ਹਦੀ ਹੈ, ਦੁੱਧ ਰਿੜਨ ਸ਼ੁਰੂ ਕੀਤਾ ਸੀ ਉਦੋਂ ਤੋਂ ਪੜ੍ਹਦੀ ਹੈ। ਬੀਬੀ ਨੇ ਕੁਛ ਸੰਕੋਚ ਕੇ ਕਿਹਾ, ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਬੇਟਾ ਗੁਰੂ ਨਾਨਕ ਕਿੱਥੇ? ਗੁਰੂ ਨਾਨਕ 7 ਦੀਪਾਂ 9 ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਮਾਰਦੜ ਕਰਵਾ ਕੇ
ਆਪ ਅੰਤਰ ਧਿਆਨ ਹੋ ਗਏ ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ ਅੱਜ ਦੂਸਰਾ ਗੁਰੂ ਖਡੂਰ ਜੋਤ ਜਗਾਉਂਦਾ ਹੈ ਜਦੋਂ ਇੰਨੀ ਗੱਲ ਸੁਣੀ ਹੈਰਾਨੀ ਦੀ ਹੱਦ ਨਾ ਰਹੀ ਸ਼ੁਕਰ ਕੀਤਾ ਵੀ ਸ਼ਾਇਦ ਮੈਨੂੰ ਅੱਜ ਵੀ 22 ਸਾਲ ਜਿਹੜੀ ਯਾਤਰਾ ਕੀਤੀ ਗੰਗਾ ਜੀ ਦੀ ਉਹਦਾ ਫਲ ਮੈਨੂੰ ਅੱਜ ਮਿਲਿਆ ਹੈ ਕਿਉਂਕਿ ਬੇਅੰਤ ਪੁੰਨ ਕਰਮਾਂ ਦਾ ਫਲ ਗੁਰੂ ਦਾ ਮਿਲਾਪ ਹੋਇਆ ਅਗਰ ਐਵੇਂ ਹੁੰਦਾ ਨਹੀਂ ਸੋ ਸ਼ੁਕਰ ਕੀਤਾ ਕਿਹਾ ਬੇਟਾ ਮੈਨੂੰ ਇੱਕ ਇੱਕ ਦਿਨ 100-100 ਵਾਰੀ ਵਰਗਾ ਗੁਜ਼ਰਦਾ ਹੈ ਮੈਨੂੰ ਗੁਰੂ ਚਰਨੀ ਸਿੱਟ ਜਿੰਨੀ ਦੇਰ ਤੱਕ ਮੈਂ ਗੁਰੂ ਚਰਨੀ ਨਹੀਂ ਲੱਗਦਾ ਮੇਰਾ ਜੀਵਨ ਬਾਦ ਹੈ ਵਿਅਰਥ ਹੈ ਸੋ ਬੀਬੀ ਨੇ ਕਿਹਾ ਪਿਤਾ ਜੀ ਖਿਮਾ ਕਰਨਾ ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਮੈਂ ਆਪਣੇ ਗੁਰੂ ਅੰਗਦ ਦੇਵ ਗੁਰੂ ਪਿਤਾ ਨੂੰ ਨਿਰਾਪੁਰਾ ਦੁਨੀਆ ਵੀ ਪਿਤਾ ਨਹੀਂ ਸਮਝਦੀ ਮੈਂ ਉਹਨਾਂ ਨੂੰ ਗੁਰੂ ਪਰਮੇਸ਼ੁਰ ਵੀ ਸਮਝਦੀ ਹਾਂ ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਹੁੰਦਾ ਰੱਬੀ ਹੁਕਮ ਹੋਇਆ ਕਰਦਾ ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋਵੇਗਾ ਸੋ ਇਸ ਕਰਕੇ ਖਿਮਾ ਕਰਨਾ ਮੈਂ ਖਡੂਰ ਨਹੀਂ ਜਾ ਸਕਦੀ ਬਾਬਾ ਅਮਰਦਾਸ ਜੀ ਨੇ ਕਿਹਾ ਬੇਟਾ ਠੀਕ ਹੈ ਪਰ ਮੈਨੂੰ ਵੀ ਇੱਕ ਇੱਕ ਦਿਨ 100-100 ਵਰ੍ਹੇ ਵਰਗਾ ਗੁਜ਼ਰਦਾ ਗੁਰੂ ਮਿਲਾਪ ਦੇ ਵਾਸਤੇ ਅੱਜ ਮੇਰੇ ਪਾਕ ਵਿੱਚ ਜਾਗੇ ਮੈਨੂੰ ਪਤਾ ਲੱਗਿਆ ਗੁਰੂ ਦਾ ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ ਇਸ ਦੀ ਮੁਆਫ਼ੀ ਮੈਂ ਮੰਗ ਦਿਆਂਗਾ ਪਰ ਮੈਨੂੰ ਗੁਰੂ ਚਰਨੀ ਸਿੱਟ ਵਾਰ ਵਾਰ ਕਹਿਣ 'ਤੇ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਅੱਜ ਖਡੂਰ ਸਾਹਿਬ ਲੈ ਕੇ ਚਲੇ ਜਾਂਦੇ ਹਨ ਗੁਰੂ ਸ਼ਰਨ ਪ੍ਰਾਪਤ ਹੋਈ ਸਾਧ ਸੰਗਤ ਅਰਜ਼ ਕਰਨ ਦਾ ਮਤਲਬ ਹੁਣ ਚੁੱਕੇ ਸਮਾਂ ਨਹੀਂ ਨਾ ਇਜਾਜ਼ਤ ਦਿੰਦਾ ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈ ਰਾੜੇ ਸਾਹਿਬਿਆਂ ਨੇ ਗੁਰਦੁਆਰਾ ਕਰਮ ਸਾਹਿਬ ਉੱਥੇ ਵੀ ਦੀਵਾਨ ਹੈ ਸ਼ੰਗਰਾਨ ਜਦੋਂ ਹੁੰਦੀ ਹੈ ਇਹ ਸ਼ੰਗਰਾਨ ਦਾ ਦੀਵਾਨ ਕਹਿਲਾਉਂਦਾ ਹੁੰਦਾ ਹੈ ਇੱਕ ਦਿਨ ਪਹਿਲਾਂ ਇਹਨੇ ਰਾਤ ਨੂੰ ਹੋਇਆ ਕਰਦਾ ਜਿਵੇਂ ਆਹ ਦੀਵਾਨ ਹੈ ਸ਼ਾਮ ਨੂੰ 7 ਵਜੇ ਤੋਂ ਰਾਤ ਦੇ 11-12 ਵਜੇ ਤੱਕ ਹੁੰਦਾ ਹੈ ਸੋ ਸਵੇਰਾ ਸ਼ਨੀਵਾਰ ਹੁੰਦੀ ਹੈ ਇਸੇ ਤਰ੍ਹਾਂ ਪੂਰਨਮਾਸ਼ੀ ਦਾ 14 ਨੂੰ ਸ਼ਾਮ ਨੂੰ ਹੁੰਦਾ ਹੈ ਪੂਰਨਮਾਸ਼ੀ ਸਵੇਰਿਆ ਸ਼ਨੀਵਾਰ ਇੱਕ 10ਵੀਂ ਦਾ ਦੀਵਾਨ ਹੁੰਦਾ ਹੈ ਪੂਰਾ ਜਿਹੜਾ ਸਥਾਨ ਹੈ 90 ਪਿੜ ਦਰਮਿਆਨ ਸੰਤਰਾਸ਼ਮ ਦਬਲਾਣ ਉੱਥੇ ਹੋਇਆ ਕਰਦਾ ਖੈਰ ਇਉਂ ਅੱਜ 5-7 ਮਿੰਟ ਇਸ ਕਰਕੇ ਥੋੜ੍ਹੇ ਜ਼ਿਆਦਾ ਲਗਾਏ ਹਨ ਜ਼ਿਆਦਾ ਨਹੀਂ ਬਹੁਤ ਥੋੜ੍ਹੇ ਜੇ ਉੱਥੇ ਵਾਲਾ ਸਾਹਿਬ ਦੇਖੇ ਤਾਂ 12 ਵਜਣੇ ਚਾਹੀਦੇ ਖੈਰ ਇਉਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਇਹ 2 ਗੱਲਾਂ ਗੁਰੂ ਬਾਬਾ ਜੀ ਨੇ ਸਾਨੂੰ ਦੱਸੀਆਂ ਸੇਵਾ ਤਪੱਸਿਆ ਦੀ ਥਾਂ ਸਿਮਰਨ ਪ੍ਰਾਣਾਯਾਮ ਦੀ ਥਾਂ ਸੋ ਇਹਨਾਂ ਦੁਆਰਾ ਹੀ ਜੀਵ ਦੀ ਕਲਿਆਣ ਹੈ ਹੁਣ ਇਹ ਪ੍ਰਸੰਗ ਇੱਥੇ ਛੱਡਦੇ ਹਾਂ ਕੱਲ੍ਹ ਇੱਥੋਂ ਫਿਰ ਸ਼ੁਰੂ ਕੀਤਾ ਜਾਏ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨਵਾਦ।
I'm